तपस्या तो बड़े प्रसन्न हुए हैं। जय जय बाबा बालकनाथ, जय जय बाबा बालकनाथ, जय जय बाबा बालकनाथ। हे महाराज, आज मेरा जीवन सफल हो गया, तन्नो तुसी इस कलयुग दे विच तुसी मैनू आप दर्शन देके हे सिद्ध कर देता। इस कलयुग दे विच तुहाडा सब तो पहला ते सच्चा भगत मैं आ महाराज, सिर्फ मैं। ऋषि, ये तेरा वहम है, मेरे करोड़ा भक्त ने, उन्हें जो सब तो पीछे तू है। महाराज, मैं जति सती ब्रह्म ज्ञानी ब्रह्म तपस्वी, ते तुसी मेनू करोड़ा भक्तों तो भी पीछे कर देता, कौन ने हो? क्रिस्ती लोग, वो मेरे सब तो वड़े भक्त ने। महाराज, तुसी एक तपस्वी दी तुलना क्रिस्ती लोका तो भी पीछे कर देती। दसा नौहां दी किरत करना सब तो वड़ी तपस्या। महाराज, पर इस कलयुग दे विच तुसी मैनू आप दर्शन दिते ने, ग्रिस्ती लोकां नू भी कदे तुसी दर्शन दिते ने? मैं साया बन के अपने भक्तां दे नाल चलदा, हर दुख औख वेले उन्हां दी मदद करदा। पर महाराज, मैं दावा करदा के तुहाडा सब तो वड्डा भगत मैं आ, सिर्फ मैं। ए तेरी पुल है ऋषि राज, इस दुनिया विच मेरे करोड़ा ही बहुत वड्डे भक्त ने। मैं एक तपस्वी हां महाराज, ते सालां दी तपस्या तो बाद मैं तुहानू पाया, इस लई तुहाडा सब तो वड्डा भगत मैं आ, कोई होर नहीं। ए तेरा हंकार है ऋषि। हंकार नहीं, हे मेरा मान है महाराज। तेरा हे मान झूठा है ऋषि। पर जे मैं तुहाडे किसे भगत दा विश्वास तोड़ दियां तां कि मेरा मान सच्चा होवेगा महाराज? अगर तक किसे भी भक्त दा विश्वास तोड़ता मेरे नाल तां तू मेरा सब तो वड्डा भक्त होवेगा। पर महाराज, तुसी उस भगत दी कोई मदद नहीं करनी, ते तुहानू उस भगत तो दूर रहना पवेगा। मैं अपने सच्चे भक्ता तो किवें दूर रह सकदा? पर महाराज, गल ते विश्वास तोड़न दी है। ऋषि राज, तो कोई भी भक्त चुन ले, मैं ओ तो ओदो तक दूर आऊंगा जब तक तेरा हंकार नहीं छुटदा। महाराज, हुण मैं भी देखदा कि इन्हां ग्रिस्ती लोकां दे विच किन्ना क विश्वास है। Thank you.
ਲਪਟਾ ਨੇ ਆ ਕਿਆ ਮਹਿਕਾ ਨੇ ਬਈ ਸਾਗ ਦੀਆਂ ਲਪਟਾਂ ਤਾਂ ਦੂਰ ਦੂਰ ਤੱਕ ਫੈਲ ਰਹੀਆਂ ਨੇ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਗੀ ਕਿ ਇਹ ਸਾਗ ਤੁਹਾਡੀ ਸਤਿਕਾਰਯੋਗ ਪਤਨੀ ਸ਼੍ਰੀਮਤੀ ਕੁਲਦੀਪ ਕੌਰ ਨੇ ਬਣਾਇਆ ਹੈ ਅੱਛਾ ਤੈਂ ਬਣਾਇਆ ਇੰਨਾ ਭੈੜਾ ਮੁਸ਼ਕ ਮਾਰਦਾ ਕੱਚਾ ਲਸਣ ਇੰਨਾ ਲੂਣ ਹੈ ਹਾਏ ਹਾਏ ਕਿਤਾ ਗੋਹੇ ਵਰਗਾ ਟੇਸਟ ਹੈ ਹਾਏ ਮੈਂ ਮਰ ਜਾ ਤੁਸੀਂ ਇਹ ਕਿਹੋ ਜਿਹੀ ਚੀਜ਼ਾਂ ਦਾ ਸਵਾਦ ਦੇਖਿਆ ਹੋਇਆ ਲੋ ਵੀ ਜੀ ਤੁਸੀਂ ਤਾਂ ਭਾਬੀ ਜੀ ਦੀ ਕਦੇ ਤਾਰੀਫ ਨਹੀਂ ਕਰੀ ਦੀਪ ਜਿੱਦ ਨੇ ਮੇਰੀ ਤਾਰੀਫ ਕਰਨਗੇ ਨਾ ਉਦੋਂ ਤਾਂ ਮੀਂਹ ਪਊਗਾ ਫੇਰ ਤਾਂ ਜਿੱਦੇ ਮੀਂਹ ਪਾਉਣਾ ਹੋਵੇ ਡੈਡੀ ਤੋਂ ਮੰਮਾ ਹੀ ਤਾਰੀਫ ਕਰਾ ਦਿਆ ਕਰੋ ਬਈ ਆਲੂ ਮਟਰ ਲੱਗਦਾ ਕਿਰਨੇ ਬਣਾਏ ਨੇ ਵੀਰ ਜੀ ਐਵੇਂ ਝੂਠੀ ਤਾਰੀਫ ਨਾ ਕਰੀ ਜਾਓ ਭੈਣ ਜੀ ਵਰਗਾ ਖਾਣਾ ਤਾਂ ਮੈਂ ਸਾਰੀ ਉਮਰ ਨਹੀਂ ਬਣਾ ਸਕਦੀ ਇੱਕ ਦਿਨ ਮੇਰੇ ਦੋਸਤਾਂ ਨੇ ਭਾਬੀ ਜੀ ਦੇ ਹੱਥ ਦਾ ਖਾਣਾ ਖਾਦਾ ਕਹਿੰਦੇ ਇੰਨਾ ਸਵਾਦ ਖਾਣਾ ਤਾਂ 5 ਸਟਾਰ ਹੋਟਲ ਦਾ ਨਹੀਂ ਹੁੰਦਾ ਹੁਣ ਮੈਨੂੰ ਰੋਜ਼ ਪੁੱਛਦੇ ਨੇ ਬਈ ਕਿਸ ਦਿਨ ਘਰ ਲੈ ਕੇ ਜਾਏਗਾ ਕਿਸ ਦਿਨ ਖਵਾਏਗਾ ਭਾਬੀ ਜੀ ਦੇ ਹੱਥ ਦਾ ਖਾਣਾ ਫਿਰ ਲੈ ਆਉਣਾ ਸੀ ਘਰੇ ਉਹ ਚਲੋ ਕਿਸ ਨੇ ਦਾਦੀ ਤਾਰੀਫ ਕਰੀ ਮੈਨੂੰ ਤਾਂ ਖਵਾ ਖਵਾ ਕੇ ਮੱਖਣ ਨਾ ਭਾਬੀ ਜੀ ਨੇ ਮੋਟਾ ਕਰਤਾ ਆ ਦੇਖ ਲਓ ਮੇਰਾ ਢਿੱਡ ਕਿੰਨਾ ਵੱਧ ਗਿਆ ਓਏ ਦੇਖ ਕੱਟਾ ਹੋਇਆ ਪਿਆ ਖਾ ਖਾ ਕੇ ਆਪਾਂ ਨੂੰ ਹੁਣ ਅਮਰਦੀਪ ਇੰਡਸਟਰੀ ਵਾਲੇ ਨਹੀਂ ਵੱਡੇ ਢਿੱਡ ਵਾਲੇ ਕਿਹਾ ਕਰਨਗੇ ਚੁੱਪਚਾਪ ਬੈਠ ਕੇ ਰੋਟੀ ਖਾਓ ਐਵੇਂ ਨਾ ਗੱਲਾਂ ਮਾਰੀ ਚੱਲੋ ਕਿਰਨ ਤੂੰ ਵੀ ਬਹਿ ਜਾ ਭੈਣ ਜੀ ਤੁਸੀਂ ਬੈਠ ਕੇ ਖਾਓ ਸਾਰੀ ਦਿਹਾੜੀ ਤੁਸੀਂ ਕੰਮ ਕਰਦੇ ਰਹਿੰਦੇ ਹੋ ਕਦੇ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਦਿਆ ਕਰੋ ਓਏ ਆ ਜਾ ਕਦੇ ਤਾਂ ਮੇਰੇ ਨਾਲ ਬੈਠ ਕੇ ਰੋਟੀ ਖਾ ਲਿਆ ਕਰ ਮੈਨੂੰ ਤਾਂ ਖਵਾ ਕੇ ਸਕੂਨ ਮਿਲਦਾ ਮੇਰਾ ਪੌਣਾਹਾਰੀ ਇਸੇ ਤਰ੍ਹਾਂ ਸਾਰੇ ਟੱਬਰ ਤੇ ਮੇਰ ਪਰਿਆ ਹੱਥ ਰੱਖੇ ਲੈ ਆ ਗਿਆ ਫੋਨ ਇਹਨੇ ਨੇ ਕਦੇ ਚੈਨ ਨਾਲ ਰੋਟੀ ਖਾਣ ਦਿੱਤੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਨੇਜਰ ਸਾਹਿਬ ਹਾਂਜੀ ਦੀਪ ਬੋਲ ਰਿਹਾ ਸੀਗਾ ਜੀ ਹਾਂ ਮੈਂ ਤੁਹਾਡੀ ਵੀਰ ਜੀ ਨਾਲ ਹੁਣੇ ਗੱਲ ਕਰਵਾਉਣਾ ਵੀਰ ਜੀ ਮੈਨੇਜਰ ਸਾਹਿਬ ਦਾ ਫੋਨ ਆ ਹੈਲੋ ਸਤਿ ਸ਼੍ਰੀ ਅਕਾਲ ਮੈਨੇਜਰ ਸਾਹਿਬ ਹਾਂਜੀ ਠੀਕ ਠਾਕ ਹੈ ਕਿਰਪਾ ਬਾਬੇ ਦੀ ਜੀ ਬਸ ਮੈਨੇਜਰ ਸਾਹਿਬ 10 ਮਿੰਟ ਤੱਕ ਤੁਹਾਡੇ ਕੋਲ ਪਹੁੰਚ ਗਏ ਜੀ ਰੋਟੀ ਖਾ ਕੇ ਨਿਕਲ ਗਏ ਜੀ 10 ਮਿੰਟ 'ਚ ਹਾਂਜੀ ਹਾਂਜੀ ਠੀਕ ਹੈ ਜੀ ਆ ਗਏ ਜੀ ਓਕੇ ਸਤਿ ਸ਼੍ਰੀ ਅਕਾਲ ਕਮਾਲ ਦੇ ਬੰਦੇ ਉਮਰ ਤੁਸੀਂ ਯਾਰ ਲੋਨ ਪਾਸ ਹੋਏ ਨੂੰ 4 ਦਿਨ ਹੋ ਗਏ ਤੇ ਮੈਂ ਪਹਿਲਾ ਸ਼ਖਸ ਦੇਖ ਰਿਹਾ ਤੁਹਾਨੂੰ ਵੀ ਜਿਹੜੇ ਬੰਦੇ ਲੋਨ ਪਾਸ ਹੋਣ ਤੋਂ ਬਾਅਦ ਵੀ ਇੰਨੇ ਦਿਨ ਬਾਅਦ ਆ ਰਹੇ ਨੇ ਮੇਰੇ ਕੋਲੇ ਤਾਂ ਬੰਦੇ ਆਉਂਦੇ ਨੇ ਸਵੇਰੇ ਅਰਜੀ ਦੇ ਕੇ ਜਾਂਦੇ ਨੇ ਤੇ ਘੰਟੇ ਚ ਕਹਿੰਦੇ ਨੇ ਮਹਾਰਾਜ ਸਾਡਾ ਲੋਨ ਪਾਸ ਦੇ ਦਿਓ ਚਲੋ ਖੈਰ ਛੱਡੋ ਗੱਲ ਇਸ ਚੀਜ਼ ਨੂੰ
ਬਹੁਤ ਵਧੀਆ ਕੀਤਾ ਜੋ ਤੁਸੀਂ ਸਸਤੇ ਭਾਏ ਫੈਕਟਰੀ ਖਰੀਦ ਲਈ। ਬਹੁਤ ਵਧੀਆ ਹੋ ਗਿਆ, ਨਹੀਂ ਤਾਂ ਦਾਣ ਗੜੀਏ ਗੱਲ ਹੋਲੀ ਫਿਰਦੇ ਸੀ ਇਹਦੇ ਮਗਰ ਫੈਕਟਰੀ ਦੇ। ਮੈਨੇਜਰ ਸਾਹਿਬ, ਬਿਜ਼ਨਸ ਦੇ ਮਾਮਲੇ 'ਚ ਘੋਲ ਨਹੀਂ ਕਰਨੀ ਚਾਹੀਦੀ, ਜਦੇ ਜਾਂ ਕਦੇ। ਬਾਕੀ ਪਾਪਾ ਬਾਲਕ ਨਾਥ ਦੀ ਕਿਰਪਾ ਚਾਹੀਦੀ ਹੈ। ਚਲੋ, ਬਿਜ਼ਨਸ ਤਾਂ ਜਿੰਨਾ ਵਧਿਆ ਉਨਾ ਹੀ ਚੰਗਾ। ਹਾਂਜੀ ਹਾਂਜੀ, ਹਾਂ ਚਾਹ ਜ਼ਰੂਰ ਪੀਵਾਂਗੇ ਜੀ। ਚਾਹ ਨੂੰ ਬੜਾ ਦਿਲ ਕਰਦਾ, ਠੰਡ ਹੈ ਨਾ। ਅਮਰ ਬਾਬੂ ਜੀ ਆਏ ਨੇ, ਚਾਹ ਪਿਲਾਓ। ਮੈਂ ਤਾਂ ਮੈਨੇਜਰ ਸਾਹਿਬ ਵੀਰ ਜੀ ਨੂੰ ਪਹਿਲਾਂ ਹੀ ਕਹਿੰਦਾ ਸੀ ਬਈ ਇਹਦੇ ਨਾਲ ਨਾਲ ਕੋਈ ਪ੍ਰਾਪਰਟੀ ਡੀਲਿੰਗ ਦਾ ਕੰਮ ਸ਼ੁਰੂ ਕਰ ਲੈਂਦੇ ਆ। ਤੁਹਾਨੂੰ ਤਾਂ ਪਤਾ ਹੀ ਆ, ਅੱਜ ਕੱਲ ਕੋਈ ਵੀ ਪਲਾਟ ਲਓ ਉਹਦਾ ਦਿਨਾਂ 'ਚ ਦੁੱਗਣਾ ਰੇਟ ਹੋ ਜਾਂਦਾ। ਗੱਲ ਦੀਪ ਤੇਰੀ ਬਿਲਕੁਲ ਠੀਕ ਹੈ, ਪ੍ਰਾਪਰਟੀ ਦੇ ਰੇਟ ਤਾਂ ਉੱਪਰ ਤੱਕ ਪਹੁੰਚ ਗਏ। ਮੈਂ ਪਿਛਲੇ ਸਾਲ ਹੀ ਮੋਹਾਲੀ 20 ਲੱਖ ਦਾ ਪਲਾਟ ਲਿਆ ਸੀ। ਅੱਛਾ ਜੀ, ਅੱਜ 1 ਕਰੋੜ ਰੁਪਏ ਦਾ। ਬਸ ਮੈਂ ਵੀ ਇਹੀ ਸਮਝਾਉਣਾ ਜੀ ਵੀਰ ਜੀ ਨੂੰ, ਇਹਨਾਂ ਦੀ ਹਾਂ 'ਚ ਹਾਂ ਚਾਹੀਦੀ ਆ। ਬਾਕੀ ਭਾਈ ਜਿਵੇਂ ਤੇਰੀ ਮਰਜ਼ੀ, ਮੈਂ ਤਾਂ ਜੀ ਡਰਦਾ ਮੈਨੇਜਰ ਸਾਹਿਬ, ਇਸੇ ਦੇ ਸਿਰ ਤੇ ਵੱਧ ਲੋਡ ਵਧੂਗਾ, ਮੈਥੋਂ ਤਾਂ ਉੱਪਰਲੇ ਕੰਮ ਨਹੀਂ ਮੁੱਕਦੇ। ਅੱਛਾ ਮੈਨੇਜਰ ਸਾਹਿਬ, ਓਕੇ ਚੰਗਾ, ਬਹੁਤ ਬਹੁਤ ਅਸੀਂ ਚੱਲਦੇ ਹਾਂ ਜੀ। ਤੁਹਾਨੂੰ ਫੈਕਟਰੀ ਦੀਆਂ ਮੁਬਾਰਕਾਂ ਸਾਨੂੰ ਨਹੀਂ ਜੀ, ਮੁਬਾਰਕਾਂ ਦਿਓ ਬਾਬਾ ਬਾਲਕ ਨਾਥ ਜੀ ਨੂੰ। ਜੈ ਬਾਬਾ ਬਾਲਕ ਨਾਥ। ਓਕੇ ਮੈਨੇਜਰ ਸਾਹਿਬ। ਹੈਲੋ, ਹਾਂ ਮੈਂ ਅਕਾਊਂਟ ਡਿਪਾਰਟਮੈਂਟ 'ਚੋਂ ਬੋਲਦਾ। ਚਲੋ ਠੀਕ ਹੈ, ਮੈਨੂੰ ਬਾਅਦ 'ਚ ਫੋਨ ਕਰਿਓ। ਓਕੇ। ਹਾਂ, ਇਹ ਤੁਸੀਂ ਪਿਛਲੇ ਮਹੀਨੇ ਦਾ ਸਾਰਾ ਡਿਸਚਾਰਜ ਬਿੱਲ ਸਾਰਾ ਬੈਲੈਂਸ ਕੱਢ ਦਿਓ, ਹੈ ਨਾ। ਹਾਂ ਦੀਪ, ਆ ਜਿਹੜਾ ਬੰਦੇ ਵਾਲਾ ਆਰਡਰ ਸੀ ਉਹ ਭੇਜਤਾ। ਹਾਂਜੀ ਵੀਰ ਜੀ, ਉਹਨਾਂ ਦੀ 23 ਤਰੀਕ ਦੀ ਕਮਿਟਮੈਂਟ ਸੀ, ਪਰ ਆਪਾਂ 2 ਦਿਨ ਪਹਿਲਾਂ ਹੀ ਭੇਜ ਰਹੇ ਹਾਂਗੇ। ਵੈਰੀ ਗੁੱਡ, ਇਸ ਸਾਲ ਦਾ ਜੋ ਬੋਨਸ ਬਣਦਾ, ਹਾਂਜੀ ਵੀਰ ਜੀ, ਵਰਕਰਾਂ ਨੂੰ ਦੀਵਾਲੀ ਤੋਂ ਪਹਿਲਾਂ ਦੇ ਦਿਓ। ਠੀਕ ਹੈ ਵੀਰ ਜੀ, ਨਾਲੇ ਚੰਗੇ ਢੰਗ ਨਾਲ ਦੀਵਾਲੀ ਮਨਾ ਲੈਣਗੇ। ਜਿਵੇਂ ਤੁਹਾਡੀ ਮਰਜ਼ੀ ਵੀਰ ਜੀ। ਬਾਕੀ ਵੀਰ ਜੀ, ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸੀਗਾ। ਹਾਂ ਹਾਂ ਬੋਲ। ਜੇ ਆਪਾਂ 5-7 ਮਸ਼ੀਨਾਂ ਹੋਰ ਲਾ ਲਈਏ, ਕਿਉਂਕਿ ਦੇਖੋ ਤੁਹਾਨੂੰ ਤਾਂ ਪਤਾ ਵੀਰ ਜੀ, ਅੱਜ ਕੱਲ੍ਹ ਆਰਡਰ ਬਹੁਤ ਜ਼ਿਆਦਾ ਨੇ, ਅਤੇ ਹੁਣ ਤਾਂ ਹੈਦਰਾਬਾਦ, ਕੇਰਲ, ਦਿੱਲੀ ਤੋਂ ਵੀ ਕਾਫੀ ਆਰਡਰ ਆ ਰਹੇ ਨੇ, ਅਤੇ ਕੱਚੇ ਮਾਲ ਦੇ ਵੀ ਬਹੁਤ ਜ਼ਿਆਦਾ ਆਰਡਰ ਨੇ ਵੀਰ ਜੀ। ਓਏ ਬਾਕੀ ਜਿਵੇਂ ਤੇਰੀ ਮਰਜ਼ੀ, ਮੈਂ ਤੈਨੂੰ ਕਦੋਂ ਮਨਾ ਕਰਿਆ। ਜੇ ਵੀਰ ਜੀ, ਇਸ ਐਤਵਾਰ ਨੂੰ ਆਪਾਂ ਬਾਬਾ ਜੀ ਦਾ ਜਗਰਾਤਾ ਕਰਵਾ ਲਈਏ। ਦੀਪ, ਨੇਕੀ ਔਰ ਪੁੱਛ, ਤੈ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ, ਆਪਾਂ ਇਸੇ ਐਤਵਾਰ ਨੂੰ ਜਗਰਾਤਾ ਜ਼ਰੂਰ ਕਰਾਵਾਂਗੇ। ਭਾਟੀਏ, ਸ਼ਾਬਾਸ਼, ਤੁਸੀਂ ਜ਼ਰੂਰ ਆਉਣਾ। ਮੈਂ ਕਿਹਾ ਜੀ, ਸੁਣਦੇ ਹੋ? ਉਹ ਤੇਰੀ ਸੁਣੂਗਾ, ਹੋਰ ਕਿਹਦੀ ਸੁਣੂਗਾ। ਸਾਰੀ ਦਿਹਾੜੀ ਤੁਸੀਂ ਆ ਘੁੱਗੀਆਂ ਦੇ ਮਾਰੀ ਜਾਂਦੇ ਰਹਿੰਦੇ ਹੋ, ਕਦੇ ਤਾਂ ਵੇਲੇ ਬਹਿ ਜਾ ਕਰੋ। ਆ ਚੱਕ ਦੇਖਿਓ, ਦੀਪ ਹਲੇ ਤੱਕ ਕੇਕ ਲੈ ਕੇ ਨਹੀਂ ਆਇਆ। ਓ ਹੋ ਭਾਬੀ ਜੀ, ਤੁਸੀਂ ਤਾਂ ਐਵੇਂ ਰੌਲਾ ਪਾਈ ਜਾਂਦੇ ਹੋ। ਆ ਲੋ ਕੇਕ ਹਾਜ਼ਰ ਆ। ਓ ਰਾਮੂ, ਆ ਪਲੇਟਾਂ ਲੈ ਕੇ ਆ। ਦੇਖਿਓ, ਤੁਸੀਂ ਗੁਪਤਾ ਅੰਕਲ ਨੂੰ ਤਾਂ ਫੋਨ ਕਰ ਦੇਣਾ ਸੀ, ਐਵੇਂ ਗੁੱਸਾ ਕਰਨਗੇ। ਉਹ ਤਾਂ ਕੁਲਦੀਪ ਠੀਕ ਹੈ, ਜੇ ਇੱਕ ਨੂੰ ਬੁਲਾਈਏ ਤਾਂ ਦੂਜਾ ਗੁੱਸਾ ਕਰਦਾ। ਹੁਣ ਆ ਦੇਖ ਲੈ, ਹੈ ਹਰਪ੍ਰੀਤ ਕੱਲਾ ਆ ਗਿਆ, ਮਾਸੀ ਨੂੰ ਵੀ ਲੈ ਕੇ ਆਇਆ। ਨਾਲੇ ਭਾਬੀ ਜੀ, ਤੁਹਾਨੂੰ ਤਾਂ ਪਤਾ ਆਪਾਂ ਘਰ 'ਚ ਸ਼ਰਾਬ ਨਹੀਂ ਵਾੜਦੇ ਤੇ ਨਾ ਹੀ ਸ਼ਰਾਬ ਪੀਂਦੇ ਆ, ਪਰ ਕੁਝ ਕੁ ਯਾਰ ਦੋਸਤ ਸ਼ਰਾਬ ਪੀਂਦੇ ਨੇ, ਇਸ ਕਰਕੇ ਫਿਰ ਮੁਸ਼ਕਿਲ ਆ ਜਾਂਦੀ ਆ। ਨਾਲੇ ਵੀਰ ਜੀ, ਘਰ ਦੇ 'ਚ ਵਧੀਆ ਇੰਜੋਏ ਹੋ ਜਾਂਦਾ। ਨਾਲੇ ਹੋਰ ਗੱਲ ਸੁਣੋ,
वीर जी ने आज बेबी दी जन्मदिन दी खुशी चे सारी फैक्ट्री नू लड्डू बंडे ते नाले छुट्टी करती। ले भाई शुरू करिए। ए मेरे पुत्र आ जो मेरी बेबी बच्चे भाई ए हां हेलो भाई हैप्पी बर्थडे टू यू हैप्पी बर्थडे टू यू बेबी हैप्पी बर्थडे टू यू हैप्पी बर्थडे टू हेलो बर्थडे वीर जी की हो गया वीर जी देख अपनी फैक्ट्री सड़ के सुआह हो गई थी वीर जी हौसला रखो वीर जी हौसला रखो पौना हारी ठीक करूंगा वीर जी तुसी हौसला रखो वीर जी करे बह के तने सरदा जी जे तुसी दिल सिट के बह गए फिर आप पता कुलदीप आपा किस दा बुरा नहीं कीता ते ना ही किस दा दिल दुखाया फिर किस्मत ने साडे नाल एडा वड्डा मजाक क्यों कीता जी ए सुख चाहिदी है जी पैसे दा की है पैसा ता हत्थां दी मैल है कदे चढ़ गया कदे उतर गया 2 करोड़ दा घाटा सारी जमीन जायदाद वेच के भी पूरा नहीं होना 2 करोड़ बैंक का लोन है मैनेजर साहब दे बार बार फोन आ रहे हैं तुसी ऐ करो जी अवतार तुहाडी मासी दा पुत है उन्हूं पुछ के वेख लो आपां उहदी किन्नी बार मदद कीती है मैं कीता सी फोन उहने कोरा जवाब देता कुलदीप वक्त पए तां साया भी साथ छड़ जांदा है मैं इन्ने लोकां दी मदद करी है मेरी मदद कोई नहीं कर रहा ये सब चढ़दे सूरज नूं सलामा नहीं उठो जी उठ के रोटी खा लो ए ढिड भरे बिना तां नहीं सरना नाले थोड़ा दीप नूं समझाओ उन्हें अपना एवें बीपी घटा रखिया तुसी समझाओ उन्हूं साढ़े तां जमी आखे नहीं लगता वीर जी एक ही गहने ने वीर जी मैं पता है इन्हां नाल पैसे तो पूरे नहीं होने पर कहंदे हुंदे आ बूंद बूंद नाल तलाब भर जांदा है कमलीए मैं तेरे गहने लूंगा तेरे तां जे चाह अधूरे ने तैं किन्ने क पाले गहने पट पैसे आने जिहड़े कन्ना नूं खावे फिर बथेरे बन जाणगे ना चंद्रीए तू मेरी दरानी नहीं मेरी धी है मापे भी कदे धियां तो कुछ लैंदे हुंदे आ तुसी गरीब घर दी धी नूं महलां दी राणी बनाया मेरा भी इस घर ते हक है जे मैनूं धी कहे तां मां बन के इनकार ना करी ना मेरी राणी धी रोईदा नहीं हुंदा चुप कर जा हे बाबा ए मेरे ते केहो जे दिन आ गए ने कल्लू मेरे घर दी कुरकी होनी है अज अमरदीप इंडस्ट्री दे मालक अमर जी दी कोठी दी नीलामी हो रही है जीदी बोली घट्टो घट 50 लाख तो शुरू होवेगी लैण वाले सज्जन 50 लाख तो शुरू करन 50 लाख एक
51 lakh 51 lakh 1 60 lakh 60 lakh 1 60 lakh 2 70 lakh 70 lakh 1 70 lakh 2 1 crore एक करोड़ एक दो करोड़ दो करोड़ दो करोड़ एक दो करोड़ दो दो करोड़ तीन लो कोठी कहाँ डी हुई ले आ तस्वीर लेके किथे चले हो सारे घर दा सौदा हो चुका खाली हाथ जाना पऊगा रख दे तस्वीर नु इत्थे हैं गल नहीं बात नहीं सेठ जी मैं रब दा सौदा नहीं कीता ले सारे ने सामने गल हो चुकी है खाली हाथ जाना पऊ कीता नहीं सौदा इने रब दा चले दी अड बोली ला दिना 100 रुपया 200 500 चलो 1 lakh rupees दे देना नहीं चल 2 lakh सही हुण तां मन जाओ रख दे नु इत्थे सेठ जी तुसी चाहे 2 crore देवो फिर भी मैं तस्वीर तुहानू नहीं देवां सोच ले अमर बाबू मैं बहुता नी बंदा तेरा सारा कर्जा माफ कर दूं नाले तस्वीरां च कुछ नहीं पिया ये तां अंधविश्वास ने तोड़ दे आपदा अंधविश्वास कुछ नहीं आउंदा बाबा बूबा इत्थे इन्हां औखियां घड़ियां विच तां विश्वास होर मजबूत होंदा है सेठ जी अमर बाबू तेरे कोले 2 रस्ते ने एक तेरी बर्बादी दा दूजा तेरी आबादी दा बोल केड़ा चुनना ਮੈਨੂੰ ਬਰਬਾਦੀ ਦਾ ਰਸਤਾ ਮਨਜ਼ੂਰ ਹੈ ਸੇਠ ਜੀ ਬਰਬਾਦੀ ਦਾ ਹੁਣ ਬਰਬਾਦੀ ਨੂੰ ਤੇਰੇ ਕੋਲ ਰਹਿ ਕੀ ਗਿਆ ਬਰਬਾਦੀ ਦਾ ਰਿਸ਼ਤਾ ਬਾਬਾ ਬਾਲਕ ਨਾਥ ਮੇਰੇ ਨਾਲ ਹੈ ਸੇਠ ਜੀ ਓਏ ਕੋਈ ਨਹੀਂ ਆਉਂਦਾ ਤੇਰਾ ਬਾਬਾ ਬੂਬਾ ਇੱਥੇ ਵੱਡਾ ਆਇਆ ਬਾਬੇ ਵਾਲਾ ਜਦ ਤੱਕ ਮੇਰੀ ਸਾਹਾਂ ਦੀ ਡੋ ਟੁੱਟ ਨਹੀਂ ਜਾਂਦੀ ਤਦ ਤੱਕ ਮੇਰਾ ਵਿਸ਼ਵਾਸ ਖਤਮ ਨਹੀਂ ਹੁੰਦਾ ਸੇਠ ਜੀ ਨਾ ਕਿੰਨਾ ਕੁ ਚਿਰ ਵਿਸ਼ਵਾਸ ਕਰੇਗਾ ਬਾਬੇ 'ਚ मैं देखता तुहाडा विश्वास किदा नहीं टुटदा जय बोलो जय बोलो बाबा बालक नाथ दी जय मैं तो कहना इत्थे विशाल है बोरिया ओ विशाल हां इत्थे आउणगे बाबे दे भक्त ओ इत्थों ही लंघणगे इत्थों दी लंघणगे भक्त नाले तू छेती छेती कम नमेड़ी मेथों ज्यादा देर साह नहीं रोका जाता मैनू प्रॉब्लम है ओ तू पजा 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 मेरी माँ नी तू मैनू परी जवानी च कल्ले नू छड़ के मर गई ओए माँ हुंदी है माँ ओए दुनिया वालियो माँ हुंदी है माँ ओए दुनिया वालियो ओए ओए लोको ओए मेरी माँ मर गई ओए एनू बचारी नु ता कपड़ भी नसीब नहीं होया ओए मैनू 10 20 100 50 500 रुपया दे जो मैं अपनी मां नू लांबू लाउणा जय बाबा गोरखनाथ दी जय ओए गोरखनाथ नी जय बाबा बालकनाथ दी कह हाँ जय बाबा बालक नाथ जय बाबा बालक नाथ ओ माँ तू कितनी अच्छी है ओ माँ तू कितनी भोली है ओ माँ नी माँ मैं तो तेरे नाल ही जाना चिकना मारी चिकनो मोर दी भजा 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 हाय मां हफ्ता हो गया तेनू मरी नू हाय हुन ता तेरे जो बो मारे लग पे है मैं अपनी मां दा संस्कार करना है मेरी मां चो ता कुत्तियां वांगू मुश्क मार लगी हाय 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 हाय
ਜੰਮਣ ਤੋਂ 2 ਸਾਲ ਪਹਿਲਾਂ ਮੇਰਾ ਪਿਓ ਮਰ ਗਿਆ ਸੀ। ਓਏ ਕਿਉਂ ਮੈਨੂੰ ਮਰੀ ਨੂੰ ਬਦਨਾਮ ਕਰੀ ਜਾਂਦਾਗਾ, 2 ਸਾਲ ਪਹਿਲਾਂ ਨਹੀਂ ਕਹਿ ਛੋਟੇ ਹੁੰਦੇ ਦਾ ਪਿਓ ਮਰ ਗਿਆ ਸੀ। ਚੱਲ ਬੋਲ ਗੁਸਤਾਖੀ ਗੁਸਤਾਖੀ, ਮੇਰੇ ਨਿੱਕੇ ਹੁੰਦੇ ਦਾ ਮੇਰਾ ਪਿਓ ਮਰ ਗਿਆ ਸੀ, ਮੇਰੀ ਮਾਂ ਨੇ ਮੈਨੂੰ ਭੀਖ ਮੰਗ ਮੰਗ ਕੇ ਪਾਲਿਆ। ਮੇਰੀ ਮਾਂ, ਮੇਰੀ ਮਾਂ ਤਾਂ ਦੇਵੀ ਸੀ, ਦੇਵੀ ਕੀ ਸ਼੍ਰੀ ਦੇਵੀ ਸੀ, ਮੇਰਾ ਮਤਲਬ ਹੈ ਮਮਤਾ ਦੀ ਦੇਵੀ ਸੀ। ਓ ਮਾਵਾ 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 ਮਾਂ ਜੰਨਤ ਦਾ ਪਰਛਾਵਾ। ਪਾਜਾ 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 ਪਾਜਾ। ਓਏ ਮਾਂ ਬਾਰੇ ਬੋਲੀ ਜਾਂਦਾ, ਬਾਬੇ ਦੇ ਭਗਤਾਂ ਬਾਰੇ ਵੀ ਬੋਲ। ਜੈ ਬਾਬਾ ਬਾਲਕ ਨਾਥ ਦੀ, ਜੈ ਬਾਬਾ ਬਾਲਕ ਨਾਥ। ਓ ਲੈ ਬਈ, ਇੰਨੇ ਪੈਸਿਆਂ ਵਿੱਚ ਤਾਂ ਚਾਹੇ 10 ਜਾਣਿਆਂ ਦੀ ਲੱਕੜਾਂ ਖਰੀਦ ਲੈ। ਓ ਮੇਰੀ ਮਾਂ ਕਹਿੰਦੀ ਸੀ ਕਿ ਮੈਨੂੰ ਚੰਦਨ ਦੀਆਂ ਲੱਕੜਾਂ ਚਾਗਣੀ ਦਿਓ, ਸੋ ਮੈਂ ਪੈਸਿਆਂ ਨਾਲ ਮੇਰੀ ਮਾਂ ਲਈ ਚੰਦਨ ਦੀਆਂ ਲੱਕੜਾਂ ਖਰੀਦਣੀਆਂ ਨੇ। ਮਾਤਾ ਮਾਤਾ ਉਠਕੜ ਉਠਕੜ ਉਠਕੜ, ਹੈ ਪਾਜਾ 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 ਪਾਜਾ। ਹਾਏ ਕਿੰਨਾ ਘੈਂਟ ਭਗਤ ਹੈ, 100 ਰੁਪਇਆ ਦੇ ਗਿਆ। ਹਫ਼ਤਾ ਹੋ ਗਿਆ ਮੇਰੀ ਮਾਂ ਮਰੀ ਨੂੰ, ਹੁਣ ਤਾਂ ਮੇਰੀ ਮਾਂ ਦੀ ਲੋਥ ਚੋ ਬੋ ਮਾਰਨ ਲੱਗ ਪਈ ਹੈ। ਮਾਤਾ ਮਾਤਾ ਮੇਰੀ ਗੱਲ ਸੁਣ ਲੈ, ਉਠਕੜ ਹੋਣਾ। ਓਏ ਆ ਜਾ, ਬਥੇਰੇ ਪੈਸੇ ਹੋ ਗਏ, 76 ਪੈਣ ਦਾ ਡਰ ਹੈ। ਆ ਜਾ ਦੀਏ, ਆ ਜਾ ਆ ਜਾ ਆ ਜਾ। ਕਿੰਨੇ ਕੁ ਹੋ ਗਏ? ਓਏ ਬਹੁਤ ਹੋ ਗਏ, ਆ ਜਾ ਚੱਲ ਕੇ ਫਿਲਮ ਦੇਖੀਏ, ਕਰ ਲੈ ਪੂਰੀ ਇਕੱਠੀ। ਆ ਜਾ ਆ ਜਾ ਆ ਜਾ। ਓਏ ਆ ਜਾ ਫਿਲਮ ਲੰਘੀ ਆਪਣੀ ਯਾਰੀਆਂ ਕੋਲ ਦੱਸ ਮਾਨ ਦੀ। ਲੱਗਦਾ ਮੈਂ ਤੁਹਾਨੂੰ ਕਿਤੇ ਦੇਖਿਆ। ਤੁਸੀਂ ਕਿਤੇ ਅਮਰ ਇੰਡਸਟਰੀ ਦੇ ਮਾਲਕ ਮਿਸਟਰ ਅਮਰ ਤੇ ਨਹੀਂ? ਪਰ ਤੁਸੀਂ ਇਹ ਰਿਕਸ਼ਾ? ਹਾਂ ਬਾਬੂ ਜੀ, ਸਭ ਕਿਸਮਤ ਕਿਸਮਤ ਦੀਆਂ ਗੱਲਾਂ ਨੇ, ਪਰ ਮੈਂ ਤੁਹਾਨੂੰ ਪਹਿਚਾਣਿਆ ਨਹੀਂ। ਮੈਂ ਗਣਪਤ ਕੀ ਮਿਲ ਦਾ ਮਾਲਕ। ਦੱਸੋ ਮਿਸਟਰ ਅਮਰ, ਜੇ ਕਿਸੇ ਤਰ੍ਹਾਂ ਮੈਂ ਤੁਹਾਡੀ ਮਦਦ ਕਰ ਸਕਦਾ ਹੋਵਾਂ। ਬਾਬੂ ਜੀ, ਕੋਈ ਛੋਟੀ ਮੋਟੀ ਨੌਕਰੀ ਮਿਲ ਜੇ, ਮੈਂ ਤੇ ਮੇਰਾ ਭਰਾ ਦੋਵੇਂ ਪੋਸਟ ਗ੍ਰੈਜੂਏਟ ਹਾਂ, ਮੈਂ ਤੁਹਾਡਾ ਅਹਿਸਾਨ ਸਾਰੀ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਲੈ ਮਿਸਟਰ ਅਮਰ, ਇਹਦੇ 'ਚ ਅਹਿਸਾਨ ਦੀ ਕੀ ਗੱਲ ਹੈ ਬਈ? ਛੋਟੀ ਮੋਟੀ ਕਿਉਂ? ਤੇਰੀ ਕਿਸਮਤ ਨਾਲ ਮੇਰੇ ਮੈਨੇਜਰ ਦੀ ਨੌਕਰੀ ਖਾਲੀ ਪਈ ਹੈ, ਤੇਰੇ ਭਰਾ ਨੂੰ ਵੀ ਚੰਗੀ ਨੌਕਰੀ ਦਿਆਂਗਾ। ਬਈ ਕੱਲ੍ਹ ਨੂੰ ਮੇਰੇ 'ਤੇ ਵੀ ਬੁਰਾ ਵਕਤ ਆ ਸਕਦਾ ਮਿਸਟਰ ਅਮਰ, ਨਾਲੇ ਬੰਦਾ ਹੀ ਬੰਦੇ ਦੇ ਕੰਮ ਆਉਂਦਾ। ਗਣਪਤ ਬਾਬੂ, ਤੁਸੀਂ ਤਾਂ ਮੇਰੇ ਵਾਸਤੇ ਰੱਬ ਬਣ ਕੇ ਬੜਿਓ, ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ। ਚੱਲ ਛੱਡ ਇਹਨਾਂ ਗੱਲਾਂ ਨੂੰ, ਆ ਬੈਠ ਗੱਡੀ 'ਚ। ਬਈ ਨਾਲੇ ਗੋਲੀ ਮਾਰ ਇਸ ਰਿਕਸ਼ੇ ਨੂੰ, ਤੂੰ ਰਿਕਸ਼ਾ ਚਲਾਉਂਦਾ ਸੋਹਣਾ ਲੱਗਦਾ, ਚੱਲ ਆ ਮੇਰੇ ਨਾਲ। ਪਰ ਹਾਂ, ਮੈਂ ਇੱਕ ਗੱਲ ਕਰਨੀ ਤਾਂ ਭੁੱਲ ਗਿਆ। ਬਈ ਦੇਖੋ, ਮੈਂ ਇੱਕ ਨਾਸਤਿਕ ਬੰਦਾ, ਗੁੱਸਾ ਨਾ ਕਰਨਾ, ਤੁਹਾਨੂੰ ਵੀ ਨਾਸਤਿਕ ਬਣ ਕੇ ਰਹਿਣਾ ਪਏਗਾ। ਬਈ ਇਹਨਾਂ ਬਾਬਿਆਂ ਬੂਬਿਆਂ ਨੂੰ ਮੰਨਣੋਂ ਹਟਣਾ ਪਏਗਾ। ਸੋਰੀ ਬਾਬੂ ਜੀ, ਸਾਡੀ ਤਾਂ ਬਾਬੇ ਦੇ ਵਿੱਚ ਅਟੁੱਟ ਸ਼ਰਧਾ ਹੈਗੀ। ਸੋਚ ਲੈ ਮਿਸਟਰ ਅਮਰ, ਤੇਰੀ ਜ਼ਿੰਦਗੀ ਸਵਰ ਜਾਏਗੀ। ਮਿਸਟਰ ਅਮਰ, ਮੈਂ ਤੇਰੀ ਮਦਦ ਕਰ ਰਿਹਾ ਤੇ ਤੂੰ ਸੋਚ ਲੈ, ਤੇਰੇ ਸਿਰ ਤੇ ਛੱਤ ਹੋਏਗੀ, ਤੇਰੇ ਬੱਚੇ ਸਕੂਲ ਜਾਣਗੇ, ਇੱਜ਼ਤ ਦੀ ਜ਼ਿੰਦਗੀ ਬਤੀਤ ਕਰੇਗਾ, ਤੇਰੀ ਜ਼ਿੰਦਗੀ ਸਬਰ ਜਾਓ ਮਿਸਟਰ ਅਮਰ। ਗਣਪਤ ਬਾਬੂ, ਅਸਲ ਜ਼ਿੰਦਗੀ ਤਾਂ ਉਹਦੇ ਦਰ ਤੇ ਜਾ ਕੇ ਸਬਰ ਦੀ ਹੈ। ਸੋਰੀ, ਤੁਸੀਂ ਆਪਣਾ ਟਾਈਮ ਖਰਾਬ ਕਰ ਰਹੇ ਹੋ। ਮਿਸਟਰ ਅਮਰ, ਭਾਈ ਵੱਡੇ ਚੌਂਕ ਚੱਲੇਗਾ? ਹਾਂਜੀ, ਆਓ ਬੈਠੋ। ਇਸ ਨਾਂ ਦਾ ਹਾਸ਼ਰ ਭੁਗਤਣ ਲਈ ਤਿਆਰ ਹੋ ਜਾ ਅਮਰ ਬਾਬੂ। ਜੈ ਬਾਬਾ ਬਾਲਕ ਨਾਥ। ਅਮਰ ਬਾਬੂ, ਅਮਰ ਬਾਬੂ, ਆਪਕਾ ਭਾਈ ਤੀਸਰੀ ਮੰਜ਼ਿਲ ਸੇ ਗਿਰ ਗਿਆ।
दीपा की होया इनू ए बोलदा क्यों नहीं बेहोश है जी डॉक्टर ने टीका लाया होया घंटे को तक होश आजू एदी ची एक लत टूट गई कितों डिग गया है ऊपर लेंटर पै रहा सी फटा खिसक गया तीसरी मंजिल तो हेठा डिग पिया ए तो शुक्र है जी बाबे ने हाथ के रख लिया इनू की लोड़ सी कम करन दी की लोड़ सी दिहाड़ी करन दी ना मैं मर गया कुलदीप तैनूं तां पता ही है मैं इन्हां दा दुख नहीं सह सकदा पौना हरी ने हाथ के रख लिया जी भला इन्नी उपरों डिग के कोई बच सकदा जिहड़े इनू दाखल करवा के गए सी ना ओह कहिंदे सी बहुत बुरी तरह डिग्गिया जिवें किसी ने चक के सुट्टिया होवे डॉक्टर साहब की कहंदे वीर जी डॉक्टर कहंदे इन्हां दा ऑपरेशन करना पऊ इन्हां दी इक लत कटनी पऊ बस करो डॉक्टर अमरीश बहुत सियाने ने ते गरीबां दी मदद बहुत करदे आ वैसे तां जी 15,000-20,000 रुपए दा खर्चा आई जाणा ओ तां आपां नूं करना पऊ ना मैं सब कुछ बेच दूंगा अपना आप बेच दूंगा मैं अपने कोल वेचन नूं है की जी है शरीर तां है इन्ना वड्डा शरीर मेरे किस काम दा मैं अपने गुरदे तक बेच दूंगा तुसीं क्यों बेचोगे अपने गुरदे आलो आलो एकी मंगलसूत्र जे मेरा सुहाग अपने भरा लई कुर्बान हो सकता है तो मेरे सुहाग दी निशानी क्यों नहीं आ फड़ो ए मेरे रब्बा ए साडे ते किहो जे दिन आ गए ने ए साडे ते किहो जे दिन आ गए ने ਭਾਬੀ ਜੀ ਵੀਰ ਜੀ ਅਜੇ ਤੱਕ ਕਿਉਂ ਨਹੀਂ ਆਏ ਬੱਚੇ ਵੀ ਉਹਨਾਂ ਨੂੰ ਉਡੀਕਦੇ ਭੁੱਖੀ ਸੌਂਗੇ ਆ ਲੈ ਕਿੱਡੀ ਲੰਬੀ ਉਮਰ ਹੈ ਇਹਨਾਂ ਦੀ ਆ ਗਏ ਉਹ ਕਿਵੇਂ ਆ ਹੁਣ ਦੀਪ ਤੇਰਾ ਦਰਦ ਅੱਜ ਤਾਂ ਸਵੇਰ ਦਾ ਵੀਰ ਜੀ ਠੀਕ ਆ ਬਸ ਥੋੜਾ ਜਿਹਾ ਟਾਂਕਿਆਂ 'ਚ ਦਰਦ ਹੋ ਰਿਹਾ ਸੀ ਆ ਲੈ ਭਾਈ ਕਿੰਨਾ ਰੋਟੀ ਹੈ ਨਾਲੇ ਦੁੱਧ ਪਿਲਾ ਦੇ ਬੇਬੀ ਨੂੰ ਮੇਰੀ ਗੱਲ ਸੁਣ ਰੈਸਟ ਕਰੀ ਨਹੀਂ ਡੋਲ ਪੈ ਜਾਂਦੀ ਹੁੰਦੀ ਹੈ ਬੱਚੇ ਕਿੱਥੇ ਆ ਉਹ ਤਾਂ ਭਾਜੀ ਸੌ ਗਏ ਤੁਹਾਡੀ ਵੇਟ ਕਰ ਰਹੇ ਸੀ ਬੇਬੀ ਬੜੀ ਜਿੱਦ ਕਰ ਰਹੀ ਸੀ ਕਹਿੰਦੀ ਮੈਂ ਘਰ ਜਾਣਾ ਹੌਲੀ ਹੌਲੀ ਉਹਨੂੰ ਵੀ ਸਾਡੇ ਵਾਂਗੂ ਦੁੱਖ ਸਹਿਣ ਦੀ ਆਦਤ ਪੈਜੂ ਲਿਆ ਭਾਈ ਰੋਟੀ ਲਿਆ ਦੇ ਤੁਸੀਂ ਰੋਟੀ ਖਾ ਲਓ ਤੁਸੀਂ ਨਹੀਂ ਖਾਣੀ ਵੀਰ ਜੀ ਮੈਨੂੰ ਭੁੱਖ ਨਹੀਂ ਚਿੱਤ ਜਾ ਢਿੱਲਾ ਥੋੜੀ ਜਿਹੀ ਹੱਡ ਪੰਨਣੀ ਵੀ ਹੈ ਤੁਸੀਂ ਇੱਕ ਅੱਧਾ ਫੁਲਕਾ ਤਾਂ ਖਾ ਲਓ ਨਹੀਂ ਤਾਂ ਦੀਪ ਨੇ ਵੀ ਨਹੀਂ ਖਾਣੀ ਤੁਹਾਨੂੰ ਤਾਂ ਪਤਾ ਵੀਰ ਜੀ ਮੈਂ ਤੁਹਾਡੇ ਬਗੈਰ ਰੋਟੀ ਨਹੀਂ ਖਾ ਸਕਦਾ ਜਾ ਲਿਆ ਦੇ ਭਾਈ ਕਿਰਨ ਇੱਕ ਅੱਧੀ ਰੋਟੀ ਖਾ ਲੈਣਾ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਹੈ ਵੀਰ ਜੀ ਜਦ ਮੈਂ ਠੀਕ ਹੋ ਗਿਆ ਨਾ ਮੈਂ ਫਿਰ ਤੋਂ ਮਜ਼ਦੂਰੀ ਕਰੂੰ ਵੀਰ ਜੀ ਮੈਂ ਬੈਠਾ ਅਜੇ ਮੈਂ ਮਰ ਨਹੀਂ ਗਿਆ ਸਮਝ ਗਿਆ ਆਓ ਖਾਈਏ ਸਾਰੇ ਖਾਈਏ ਭੁੱਖ ਲੱਗੀ ਹੈ ਬਹੁਤ ਲੈ ਤੂੰ ਖਾ ਲੈ ਭਾਈ ਲੈ ਬੱਚੇ ਤੂੰ ਖਾ ਲੈ ਜੈ ਜੈ ਬਾਬਾ ਬਾਲਕ ਨਾਥ जय जय बाबा बालक नाथ जय जय बाबा बालक नाथ जय जय बाबा बालक नाथ पुतना मैनू ही रोटी ना बोरा दे दियो तीन दिन हो गए कुछ नहीं खाता करे बच्चे भूखे ते आए बिलकदे ने पुत्रा पर माई साडे कोल तां अगे घट है साडा तां मसा ही सरू तीए तेरे तो सुख नाल कमाने वाले ने और मेरा तो कोई भी नहीं बाबे बालक नाथ दे नाम ते दे दियो पुत्रो
ਹਾਲ ਹੈ ਮਾਈ? ਛੇ ਬਾਬਾ ਬਾਲਕ ਨਾ ਕੇ ਬਾਬਾ ਬਾਲਕ ਨਾ ਧੀਏ, ਘਰੇ ਇੱਕ ਛੋਟੀ ਜਿਹੀ ਬੱਚੀ ਵੀ ਹੈ, ਉਹਦੀ ਮਾਂ ਮਰ ਗਈ। ਵਿਚਾਰੀ ਦੁੱਧ ਕੰਨੀਓ ਬਿਲਕਦੀ ਹੈ, ਪੂਰਾ ਦੁੱਧ ਤਵੀ ਦੇ ਦੇਤੀ ਹੈ। ਜਾ ਕਿਰਨ ਲਿਆ ਦੇ ਦੁੱਧ। ਜਿਉਂਦੇ ਰਹੋ ਜਿਉਂਦੇ ਰਹੋ ਪੁੱਤਰੋ, ਜਿਉਂਦੇ ਰਹੋ। ਲਿਆ ਧੀਏ ਜਿਉਂਦੇ ਰਹੋ। ਮਾਈ ਸਾਡੇ ਵਾਸਤੇ ਦੁਆ ਕਰੀ ਕਿ ਸਾਨੂੰ ਭੁੱਖ ਨਾ ਲੱਗੇ, ਸਾਨੂੰ ਭੁੱਖ ਨਾ ਲੱਗੇ। ਜੈ ਬਾਬਾ ਬਾਲਕ ਨਾ, ਜੈ ਬਾਬਾ ਬਾਲਕ ਨਾ, ਜੈ ਬਾਬਾ ਬਾਲਕ ਨਾ, ਜੈ ਬਾਬਾ ਬਾਲਕ ਨਾ। ਜਵਾਨੀ ਦਾ ਸਵੇਰ ਦੇ ਆ ਕੱਪੜੇ ਪਾਈ ਫਿਰਦੇ ਆ, ਕੋਈ ਸਾਮੀ ਲੱਭ ਆ ਜਾ ਦੇਖਦੇ ਆ ਕੋਈ। ਸਾਮੀ ਦਾ ਨਾਮ ਲਿਆ, ਸਾਮੀ ਹਾਜ਼ਰ। ਬਲਵੀਰ ਕੌਰ ਬੈਠੀ ਹੈ ਚੱਠਿਆਂ ਵਾਲੀ, ਮੇਰੀ ਗੱਲ ਸੁਣ ਚੁੱਪ ਕਰਕੇ, ਮੇਰੇ ਮਗਰ ਮਗਰ ਆ ਜਾ, ਦੇਖ ਸੋਨੇ ਦੀ ਚੈਨੀ ਪਾਈ ਬੈਠੀ ਹੈ, ਆ ਜਾ ਡੁੱਕ ਲਈਏ ਕੇਰਾ। ਚੱਲ 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 ਚੱਲ। ਜੈ ਬਾਬਾ ਬਾਲਕ ਨਾਥ, ਜੈ ਬਾਬਾ ਬਾਲਕ ਨਾਥ, ਜੈ ਬਾਬਾ ਬਾਲਕ ਨਾਥ, ਜੈ ਬਾਬਾ ਬਾਲਕ ਨਾਥ। ਮੇਰੀ ਪੈਣੀ ਆ ਮੇਰਾ ਪੁੱਤ, ਬੁੱਢ ਸੁਹਾਗਣ ਕਿਹੜੀਆਂ ਤੂੰ, ਮੈਂ ਤਾਂ ਸਿਆਣੀ ਨੀ ਵੀਰ। ਸਿਆਣੀ ਨੀ ਮੈਂ, ਆਪਣੇ ਰਿਫੂਜੀਆਂ ਦੇ ਮੀਣੀ ਦੇ ਘਰ ਵਾਲੀ ਆ, ਬਿੱਟੂ ਦੀ। ਅੱਛਾ ਅੱਛਾ, ਬਿੱਟੂ ਦੇ ਘਰ ਵਾਲੀਆਂ। ਕੁੜੇ ਆ ਕਿਹੜੀ ਹੈ? ਲੈ ਮਾਸੀ ਤਾਂ ਨਹੀਂ ਮੈਨੂੰ ਪਛਾਣਿਆ? ਨਾ ਪੁੱਤ ਮੈਂ ਤਾਂ ਪਛਾਣਿਆ ਨੀ। ਮੈਂ ਗਰਨਾਮੋ ਦੇ ਮੁੰਡੇ ਦੇ ਮੁੰਡੇ ਦੀ ਬਹੂ ਆ, ਚਲਾ ਵਿਹੜੇ ਚੋਂ। ਪੋਤ ਨੂੰ ਹੈ ਗਰਨਾਮੋ, ਦੂਏ ਪਾਸੇ ਘਰ ਹੈ ਵੀਰ, ਕਿਹੜਾ ਜਾਣਦਿਆਂ। ਪਿੰਡ ਪਲਾਈ ਵੱਡਾ, ਕਿਹੜਾ ਪਤਾ ਲੱਗਦਾ। ਕੁੜੇ ਵੀਰ ਮੀਣੀ ਨੇ ਦਾਰੂ ਛੱਡਤੀ ਕਿਤੇ? ਮਾਸੀ ਕਿਤੇ ਹਟ ਗਿਆ ਦਾਰੂ ਪੀਣਾ, ਚੰਦਰੇ ਨੇ ਮੇਰੀ ਤਾਂ ਸਾਰੀ ਜਵਾਨੀ ਖਾ ਲਈ, ਮੈਂ ਇੰਨੀ ਕੁੱਪ ਜਿੰਨੀ ਲੰਬੀ ਮੁਟਿਆਰ, ਮੇਰਾ ਤਾਂ ਸਾਰਾ ਹੁਸਨ ਲੁੱਟਿਆ ਗਿਆ। ਚੰਦਰਾ ਉਹ ਤਾਂ ਦਾਰੂ ਪਹਿਲਾਂ ਘਰ ਦੀ ਪੀਂਦਾ ਪੀਂਦਾ ਹੀ ਸੀ, ਹੁਣ ਤਾਂ ਵੇਚਣ ਵੀ ਲੱਗ ਗਿਆ। ਵਾਹਿਗੁਰੂ। ਹੋਰ ਲੈ ਮੇਰੇ ਵਾਲੇ ਦੀ ਸੁਣ ਲੈ ਬੇਬੇ, ਤਿੰਨ ਦਿਨ ਹੋ ਗਏ ਘਰੋਂ ਭੁੱਖੀ ਤੇ ਫਿਰਦੀ ਨੂੰ, ਇੱਕ ਸਾਈਕਲ ਤੀ ਘਰੇ ਕੰਜਰ ਦੇ ਨੇ ਉਹ ਵੇਚ ਕੇ ਰੱਖਤਾ, ਬਾਲੀ ਗਰੀਬੀ ਆਈ ਪਈ ਹੈਗੀ। ਲੈ ਆ ਸੋਨੇ ਦੀ ਚੈਨੀ ਹੈ ਬੇਬੇ। ਹਾਂ ਵੀਰ ਸਿਉਨੇ ਦੀ ਹੈ। ਅੱਛਾ, ਆ ਕਹਿੰਦੀ ਤੀ ਬਣਵਾਉਣ ਨੂੰ ਡਿਜ਼ਾਇਨ ਹੀ ਨਹੀਂ ਲੱਭਿਆ ਭਾਈ ਕੋਈ। ਡਿਜ਼ਾਇਨ ਤਾਂ ਮਿਲ ਜਾਂਦਾ, ਇਹ ਤਿੰਨ ਤੋਲਿਆਂ ਤੋਂ ਘੱਟ ਨਹੀਂ ਬਣਦੀ ਬੇਟਾ। ਤਿੰਨ ਤੋਲਿਆਂ ਦੀ ਹੈ? ਹਾਂ ਤਿੰਨ ਤੋਲਿਆਂ ਦੀ ਹੈ। ਆ ਦਿਖਾਇਓ ਬੇਬੇ ਜੀ ਡਿਜ਼ਾਇਨ ਕਿਹੋ ਜਿਹਾ, ਇਹਨੇ ਬਣਵਾਉਣੀ ਹੈ। ਲਾ ਕੇ ਦੇਖ ਲੋ ਬੇਟਾ, ਤੁਸੀਂ ਕਿਹੜਾ ਬਗਾਨੀ ਹੋ। ਡਿਜ਼ਾਇਨ ਤਾਂ ਬਾਹਲੀ ਚੰਗਾ ਹੈਗਾ, ਇਹ ਲੈ ਤੂੰ ਦੇਖ ਮਾੜਾ ਜਿਹਾ ਡਿਜ਼ਾਇਨ। ਗੱਲ ਸੁਣ, ਆ ਤੇਰਾ ਫੋਨ ਆ ਰਿਹਾ,
फोन आ गया फोन मुआए कर तेरे बॉयफ्रेंड का फोन है जा परा जाके सुन जा उधर आए क्यों कहनी है जा हेलो ए परा हां जी सत श्री अकाल जी और करे तार लोट है ठीक है बेटा दारू नहीं पींदा प्याला नहीं पींदा कोई अंडा मीट नहीं खांदा हन ता मौजा नहीं आजा 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 औनी मैं भी मोबाइल ते हाका मार दिया भी मेरा भी मोबाइल है मैं भी माड़ी जी गल करना है तुसी करो केरे सेवा मैं भी माड़ी जी गल करना चाची असी स्कूल जावांगे नहीं पुत तुसी स्कूल नहीं जाना मम्मी सारे बच्चे स्कूल जांदे हैं असी भी स्कूल जावांगे जे असी स्कूल नहीं जावांगे ता पढ़ लिख के बड़े अफसर किद्दा बनांगे पहले ते तुसी आप भेजदे सी सानू स्कूल हुन सानू स्कूल जाण ही नहीं दिंदे चाची साडा इत्थे दिल नहीं लगदा सारयां दे चेहरे मुरझाए रहंदे ने मम्मी अपना घर किथे गया मम्मी अपनियां गड्डियां किथे गईयां बेटी जिस दी असी गया ओ लै गए रब ले गया हां पुत रब ले गया मम्मी आपां घर कदों बनावांगे आप छेती कर बनावांगे पुत फिर मैं तुहानू स्कूल भेजा करूंगी हां मम्मी पुराने घर च मेरे सारे खिलौने ले गए मेरी नवी साइकिल भी रह गई मम्मी मैं नवी फ्रॉक पाऊंगी नहीं पुत हुन तू वड्डी हो गई है खिलौने नाल खेलदी चंगी नहीं लगदी मम्मी मैं नवे खिलौने लूंगी अरे मर ए तू की कीता करे ओ तो बच्ची है तू तो सियाणी है ना ओदे हजे खेडन दे दिन ने बस पुत किरण तेनु इत्ते हाथ नहीं चुकना चाहिदा ए तो बच्ची है तू तो सियाणी है ना चाची तू रो ना असी कुछ भी नहीं मांगदे असी खिलौने भी नहीं मांगदे असी स्कूल भी नहीं जांदे बस पुत रोंदे नहीं हुंदे बेबी आ देखो बेबी मैं तेरे लिए नवी पैंट लेके आया बच्चे पाओगे नवी पैंट हाँ राजू बेटे तेरे लिए ना नवे कपड़े लेके आया हुन तुसी नवे कपड़े पाके ना रोज स्कूल जाया करना हाँ बेटे तुसी ना हुन रोज स्कूल जाया करोगे मैं थोड़ा स्कूल च दाखला भर आया मेरे सोने बच्चे ज्योंदे रहो पुत तुसी खाना खाओ बच्चे तेनू आलू वाले परौंठे पसंद सी ना राजू पुत आले खाना खा खा पुत ये कपड़े ये रोटी इन्हां दा दाखला कित्थों भरिया तैं कित्थे चोरी तां नहीं कीती नहीं नहीं वीर जी मैं कोई चोरी नहीं कीती मैं तां मजदूरी कीती आ मजदूरी कीती है उत्तो झूठ बोल रहा सारी दिहाड़ी रिक्शा चला के मसा 70-80 रुपए कमाना तू ये नाल सी सच दस कितों आए ने पैसे दस मैनू ना ना डैडी कल भी चाचे ने अपना गुण बेचिया सी ते अज भी अपना गुण बेचिया कौन बेचा तू कौन बेचा कौन बेचा तू कौन बेचा
ਮੈਨੂੰ ਕੱਖ ਦਾ ਨਹੀਂ ਛੱਡਿਆ, ਤੈਨੂੰ ਪਤਾ ਤੁਹਾਡੇ ਤੋਂ ਬਗੈਰ ਮੈਂ ਜਿਉਂਦਾ ਰਹਿ ਸਕਦਾ, ਮੈਂ ਤੁਹਾਡੇ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ। ਵੀਰ ਜੀ ਮੈਂ ਤੇ ਬੱਚਿਆਂ ਦੀ ਹਾਲਤ ਦੇਖੀ ਨਹੀਂ ਜਾਂਦੀ, ਆਪਾਂ ਇੰਨੇ ਗਏ ਗੁਜਰੇ ਹੋ ਗਏ ਕਿ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ। ਕਮਲਿਆ ਵਕਤ ਦੀ ਮਾਰ ਤਾਂ ਵੱਡਾ ਵੱਡਾ ਦੇ ਪੈ ਜਾਂਦੀ ਹੈ, ਇਸ ਵਕਤ ਨੇ ਤਾਂ ਪੀਰ ਪੈਗੰਬਰ ਨਹੀਂ ਬਖਸ਼ੇ। ਕਮਲਿਆ ਸਾਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਉਹ ਪਾਉਣਾ ਹਾਰੀ ਦੁੱਧਾ ਧਾਰੀ ਸਾਡੇ ਅੰਗ ਸੰਗ ਨੇ। ਬਈ ਮੈਂ ਆਪਾਂ ਅੱਜ ਤੁਹਾਡੇ ਤੇ ਬੋਝ ਨਹੀਂ ਬਣੂਗਾ, ਮੈਂ ਇਕੱਲਾ ਇੱਥੋਂ ਕਿਤੇ ਦੂਰ ਚਲੇ ਜਾਊਂਗਾ। ਕੀ ਕਿਹਾ, ਕਦੇ ਭਰਾ ਵੀ ਭਰਾਵਾਂ ਤੇ ਬੋਝ ਹੁੰਦੇ ਨੇ। ਓਏ ਨਿੱਕੇ ਹੁੰਦੇ ਦਾ ਪਿਓ ਮਰ ਗਿਆ ਸੀ, ਮੈਂ ਤੈਨੂੰ ਐਡੇ ਕੁ ਨੂੰ ਪਾਲਿਆ, ਐਡੇ ਕੁ ਨੂੰ ਪਾਲਿਆ ਮੈਂ ਤੈਨੂੰ। ਮੈਨੂੰ ਮਾਫ ਕਰ ਦੋ ਵੀਰ ਜੀ, ਮੈਨੂੰ ਮਾਫ ਕਰ ਦੋ ਵੀਰ ਜੀ। ਦੀਪ ਫੈਕਟਰੀਆਂ ਤਬਾਹ ਹੋ ਗਈਆਂ, ਸਭ ਕੁਝ ਆਚਰ ਨਾਚਰ ਤਬਾਹ ਹੋ ਗਿਆ, ਮੈਂ ਕਦੇ ਨਹੀਂ ਹਾਰਿਆ। ਅੱਜ ਪਹਿਲੀ ਵਾਰੀ ਦਿਲ ਤੇ ਸੱਟ ਲੱਗੀ ਹੈ, ਪਹਿਲੀ ਵਾਰੀ ਦਿਲ ਤੇ ਸੱਟ ਲੱਗੀ ਹੈ, ਮੈਂ ਤੁਹਾਡੇ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ। ਮਾਫ ਕਰ ਦੋ ਜੀ, ਜੈ ਬਾਬਾ ਬਾਲਕ ਨਾਥ। ਕੀ ਸੋਚ ਰਿਹਾ ਰਿਸ਼ੀ, ਲੱਗਦਾ ਤੂੰ ਪਰੇਸ਼ਾਨ ਹੈ, ਮੰਨ ਜਾ ਤੂੰ ਹਾਰ ਚੁੱਕਾ ਹੈ। ਨਹੀਂ ਮਹਾਰਾਜ, ਮੈਂ ਕਦੇ ਨਹੀਂ ਹਾਰ ਸਕਦਾ, ਕਿਉਂਕਿ ਮੈਂ ਤੁਹਾਡਾ ਸਭ ਤੋਂ ਵੱਡਾ ਭਗਤ ਹਾਂ। ਮੇਰੀ ਹਾਰ ਮੇਰਾ ਅਪਮਾਨ ਹੈ ਤੇ ਮੇਰੀ ਜਿੱਤ ਤੁਹਾਡਾ ਮਾਣ ਹੈ ਮਹਾਰਾਜ। ਤੂੰ ਉਹਨਾਂ ਦੇ ਕਿੰਨੇ ਇਮਤਿਹਾਨ ਲਏ, ਤੂੰ ਉਹਨਾਂ ਨੂੰ ਕੰਗਾਲ ਕਰ ਦਿੱਤਾ, ਫਿਰ ਵੀ ਤੂੰ ਉਹਨਾਂ ਦਾ ਵਿਸ਼ਵਾਸ ਨਹੀਂ ਤੋੜ ਸਕਿਆ। ਪਤਾ ਨਹੀਂ ਉਹ ਕਿਸ ਮਿੱਟੀ ਦੇ ਬਣੇ ਹੋਏ ਨੇ, ਪਰ ਮੈਂ ਵੀ ਹਾਰ ਮੰਨਣ ਵਾਲਾ ਨਹੀਂ ਮਹਾਰਾਜ। ਤੇਰੀ ਭਗਤੀ ਵਿੱਚ ਹੰਕਾਰ ਹੈ, ਉਹਨਾਂ ਦੀ ਭਗਤੀ ਵਿੱਚ ਸ਼ਰਧਾ ਵਿਸ਼ਵਾਸ ਹੈ। ਮੈਂ ਉਹਨਾਂ ਦਾ ਵਿਸ਼ਵਾਸ ਤੋੜ ਕੇ ਹੀ ਰਹਾਂਗਾ ਮਹਾਰਾਜ। ਜਿਸ ਤਰ੍ਹਾਂ ਮਾਂ ਬਾਪ ਨੂੰ ਚੰਗੀ ਔਲਾਦ ਤੇ ਮਾਣ ਹੁੰਦਾ, ਉਸੇ ਤਰ੍ਹਾਂ ਸੱਚੇ ਭਗਤਾਂ ਦੇ ਸਾਨੂੰ ਮਾਣ ਹੁੰਦਾ। ਤੁਹਾਡਾ ਸੱਚਾ ਭਗਤ ਸਿਰਫ ਮੈਂ ਆ ਮਹਾਰਾਜ, ਤੁਹਾਨੂੰ ਮੇਰੇ ਤੇ ਮਾਣ ਹੋਏਗਾ। ਜੈ ਬਾਬਾ ਬਾਲਕ ਨਾਥ। ਹੁਣ ਦੇਖਦਾ ਮੈਂ ਕਿ ਮੇਰੀ ਟੁੱਟੇਗਾ ਉਹਨਾਂ ਦਾ ਮਾਣ। ਅਮਰ ਬਾਬੂ ਜੀ, ਅਮਰ ਬਾਬੂ ਜੀ, ਪੁਲਿਸ ਸਾਡੇ ਪਿੱਛੇ ਲੱਗੀ ਹੋਈ ਹੈ ਜੀ, ਅਸੀਂ ਤੁਹਾਡੇ ਮੂਹਰੇ ਹੱਥ ਜੋੜਦੇ ਹਾਂ, ਸਾਨੂੰ ਪੁਲਿਸ ਤੋਂ ਬਚਾ ਲਓ ਜੀ। ਸਾਨੂੰ ਬਚਾ ਲਓ ਬਾਬੂ ਜੀ, ਪੁਲਿਸ ਸਾਡਾ ਪਿੱਛਾ ਕਰ ਰਹੀ ਹੈ, ਅਸੀਂ ਬਚਦੇ ਬਚਾਉਂਦੇ ਤੁਹਾਡੇ ਕੋਲ ਆਏ, ਤੁਹਾਨੂੰ ਬਾਬਾ ਬਾਲਕ ਨਾਥ ਜੀ ਸਾਨੂੰ ਬਚਾ ਲਓ ਜੀ। ਹਾਂ ਓਏ, ਤੂੰ ਦੋ ਪਕੌੜੇ ਦੇਖੇ ਨੇ? ਪਕੌੜੇ? ਪੰਗੌੜੇ ਕੀ ਜੀ? ਉਹ ਪਕੌੜੇ ਨਹੀਂ ਹੈਗੇ, ਉਹ ਦੋ ਬਹੁਤ ਵੱਡੇ ਚੋਰ ਨੇ। ਚੋਰ? ਉਹ ਇੱਕ ਘਰ ਚੋਂ ਗਹਿਣੇ ਚੋਰੀ ਕਰਕੇ ਭੱਜੇ ਹੋਏ ਨੇ। ਪਤਾ ਜੀ, ਛੱਟੀਆਂ ਲੈ ਕੇ ਆ ਰਿਹਾ ਸੀ, ਬੱਚਿਆਂ ਨੂੰ ਠੰਡ ਲੱਗ ਰਹੀ ਸੀ। ਹਾਂ, ਦੋ ਮੁੰਡੇ ਵੇਖੇ ਸੀ ਪਾੜੇ ਜੇ, ਇੱਧਰ ਨੂੰ ਗਏ ਨੇ। ਚਲੋ ਨੱਥਾ ਸਿਆ ਫੜੀਏ ਕੰਜਰਾਂ ਨੂੰ, ਚੱਲ ਚੱਲ ਚੱਲ। ਅਮਰ ਬਾਬੂ ਜੀ, ਤੁਸੀਂ ਸਾਡੀ ਚੋਰੀ ਛੁਪਾ ਕੇ ਸਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ ਜੀ, ਜੇ ਕਿਤੇ ਅਸੀਂ ਫੜੇ ਜਾਂਦੇ ਤਾਂ। ਚੋਰੀ? ਤੁਸੀਂ ਚੋਰੀ ਕਿਉਂ ਕੀਤੀ ਹੈ ਤੁਸੀਂ? ਜਦੋਂ ਦੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ ਹੈ,
ਸਾਨੂੰ ਕਿਤੇ ਵੀ ਕੰਮ ਨਹੀਂ ਮਿਲਿਆ। ਅਸੀਂ ਬੇਰੁਜ਼ਗਾਰ, ਘਰ ਦੇ ਖਰਚ ਘਰ 'ਚ ਇਕੱਲਾ ਮੈਂ ਹੀ ਕਮਾਉਣ ਵਾਲਾ, ਤੇ ਉੱਤੋਂ ਮਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣਾ। ਘਰ ਦੀ ਗਰੀਬੀ ਨੇ ਸਾਡਾ ਲੱਕ ਤੋੜ ਛੱਡਿਆ। ਅਸੀਂ ਪੜ੍ਹੇ ਲਿਖੇ ਮਿਹਨਤ ਮਜ਼ਦੂਰੀ ਕਰਦਿਆਂ ਸਾਨੂੰ ਸ਼ਰਮ ਆਉਂਦੀ ਹੈ ਜੀ। ਚੋਰੀ ਕਰਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਂ ਬਖਤਾ ਮਾਰਿਆ ਹੋਇਆ ਰਿਕਸ਼ਾ ਚਲਾ ਕੇ ਸਾਰੇ ਟੱਬਰ ਦਾ ਪੇਟ ਪਾਲਦਾ ਮੈਂ, ਤੇ ਤੁਸੀਂ ਦਿਹਾੜੀ ਨਹੀਂ ਕਰ ਸਕਦੇ? ਸਾਡੇ ਨਾਲ ਜਿਹੜੇ ਵੀ ਪੜ੍ਹਦੇ ਸੀਗੇ ਉਹ ਸਾਨੂੰ ਮਜ਼ਾਕ ਕਰਨਗੇ ਕਿ ਤੁਸੀਂ ਦਿਹਾੜੀ ਕਰਦੇ ਹੋ। ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ, ਚਾਹੇ ਬੂਟ ਪਾਲਸ਼ਾਂ ਕਰੀਏ ਜਾਂ ਫਿਰ ਰੇਹੜੀ ਲਾਈਏ, ਰੋਟੀ ਹੱਕ ਦੀ ਖਾਣੀ ਚਾਹੀਦੀ ਹੈ। ਦੁਨੀਆਂ ਵਿੱਚ ਕਿੰਨੇ ਮਜ਼ਦੂਰ ਨੇ? ਜੇ ਉਹ ਸਾਰੇ ਤੁਹਾਡੇ ਵਾਂਗ ਚੋਰੀਆਂ ਕਰਨ ਲੱਗ ਜਾਣ ਤਾਂ ਫਿਰ ਦੇਸ਼ ਦਾ ਕੀ ਬਣੂਗਾ? ਦੇਸ਼ ਨੂੰ ਪ੍ਰਧਾਨ ਮੰਤਰੀ ਨਹੀਂ ਚਲਾਉਂਦਾ, ਮਜ਼ਦੂਰ ਚਲਾਉਂਦੇ ਨੇ ਮਜ਼ਦੂਰ। ਨਾਲੇ ਦੇਸ਼ ਨੂੰ ਮਿਹਨਤ ਕਰਨ ਵਾਲੇ ਹੱਥਾਂ ਦੀ ਜ਼ਰੂਰਤ ਹੈ, ਚੋਰਾਂ ਦੀ ਜ਼ਰੂਰਤ ਨਹੀਂ। ਅਮਰ ਬਾਊ ਜੀ, ਅਸੀਂ ਕਸਮ ਖਾਂਦੇ ਹਾਂ ਕਿ ਅੱਜ ਤੋਂ ਬਾਅਦ ਅਸੀਂ ਚੋਰੀ ਨਹੀਂ ਕਰਾਂਗੇ। ਹਾਂ ਬਾਬੂ ਜੀ, ਅੱਜ ਤੋਂ ਬਾਅਦ ਅਸੀਂ ਮਿਹਨਤ ਮਜ਼ਦੂਰੀ ਕਰਾਂਗੇ। ਠੀਕ ਹੈ, ਤੇ ਫਿਰ ਜਾਓ, ਜਿਸ ਤੇ ਤੁਸੀਂ ਗਹਿਣੇ ਚੋਰੀ ਕਰਕੇ ਆਇਓ ਉਹਦੇ ਗਹਿਣੇ ਵਾਪਸ ਕਰਕੇ ਆਓ, ਜਾਓ। ਅਮਰ ਬਾਊ ਜੀ, ਤੁਸੀਂ ਸਾਡੀਆਂ ਅੱਖਾਂ ਖੋਲ ਕੇ ਸਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਜੀ। ਅਸੀਂ ਹੁਣ ਚੱਲਦੇ ਹਾਂ, ਜਾਓ। ਬਾਬਾ ਬਾਲਕ ਨਾਥ ਤੁਹਾਡੀਆਂ ਸਾਰੀਆਂ ਗਲਤੀਆਂ ਮਾਫ ਕਰੇਗਾ। ਉਹ ਪਾਉਣਾ ਹਾਰੀ ਤੁਤਾ ਧਾਰੀ ਸਭ ਦੀਆਂ ਗਲਤੀਆਂ ਮਾਫ ਕਰਦਾ। ਜੈ ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ। ਗੱਲ ਜੀ, ਤਬੀਅਤ ਠੀਕ ਨਹੀਂ ਲੱਗਦੀ, ਬੁਖਾਰ। ਹਾਏ ਮੈਂ ਮਰ ਜਾ, ਦਵਾਈ ਤਾਂ ਲੈ ਲੈਣੀ ਸੀ। ਗੋਲੀ ਤਾਂ ਲੈ ਲਈ ਤੀ, ਬੁਖਾਰ ਆਲੇ ਆਟਾ ਜਵਾਕਾਂ ਨੂੰ ਰੋਟੀ ਲਾ ਕੇ ਖਵਾ ਦੇ, ਨਾਲੇ ਇਹਦੇ ਚ ਦੁੱਧ ਹੈ, ਬੇਬੀ ਨੂੰ ਤੱਤਾ ਕਰਕੇ ਪਿਲਾ ਦੇ। ਜਵਾਕ ਤਾਂ ਬਿਰ ਬਿਰ ਕਰਦੇ ਭੁੱਖੇ ਸੌਂਗੇ, ਮੈਥੋਂ ਤਾਂ ਉਹਨਾਂ ਦੀ ਹਾਲ ਦੇਖੀ ਨਹੀਂ ਜਾਂਦੀ। ਬਸ ਬਾਬਾ ਭਲੀ ਕਰੂਗਾ। ਦੇਖੋ ਤਾਂ ਸਹੀ ਤੁਸੀਂ ਕਿੰਨੇ ਕਮਜ਼ੋਰ ਹੋ ਗਏ ਹੋ, ਤੇ ਅੱਖਾਂ ਦੇਖੋ ਕਿਵੇਂ ਵਿੱਚ ਨੂੰ ਵੜ ਗਈਆਂ ਨੇ। ਮੇਰੀ ਗੱਲ ਸੁਣੋ, ਕੱਲ ਨੂੰ ਤੁਸੀਂ ਰਿਕਸ਼ਾ ਨਹੀਂ ਚਲਾਉਣਾ। ਫਿਰ ਕਰਦਾ ਗੁਜ਼ਾਰਾ ਕਿਵੇਂ ਚੱਲੂਗਾ? ਡਾਕਟਰ ਤੋਂ ਚੈੱਕ ਕਰਵਾ ਲਿਆ, ਮੈਂ ਕਿੰਨੀ ਵਾਰੀ ਤੁਹਾਨੂੰ ਕਿਹਾ ਜੇ ਕੋਈ ਰੋਗ ਲੱਗ ਗਿਆ ਤਾਂ ਅਸੀਂ ਕਿੱਧਰ ਨੂੰ ਜਾਵਾਂਗੇ? ਉਹ ਕਿਧਰੇ ਨਹੀਂ, ਮੇਰੇ ਗੋਲੀ ਵੱਜੀ, ਮਮੂਲੀ ਜਿਹਾ ਬੁਖਾਰ ਹੈ, ਉਤਰ ਜੂਗਾ। ਬਾਈ ਬਾਈ ਬਾਈ, ਵੀਰ ਜੀ ਹੋ ਗਿਆ ਤੁਹਾਨੂੰ? ਕੀ ਹੋਇਆ ਵੀਰ ਜੀ? ਵੀਰ ਜੀ ਵੀਰ ਜੀ ਵੀਰ ਜੀ ਮੈਂ ਕਿੱਦਾਂ ਦੀ ਕਹੀ ਜਾਂਦੀ ਹਾਂ, ਦਵਾਈ ਲੈ ਲਓ। ਉਹ ਕੁਛ ਨਹੀਂ ਹੋਇਆ ਮੈਨੂੰ,
ਮਾਮੂਲੀ ਜਿਹਾ ਵਕਾਰ ਸੀ, ਅੱਜ ਨਿਰਨੇ ਘਰ 'ਚ ਰਿਕਸ਼ਾ ਚਲਾ ਲਿਆ, ਅੰਦਰਾਂ ਕੱਟੀਆਂ ਹੋ ਗਿਆ। ਮੈਂ ਤਾਂ ਕਹਿੰਦੀ ਹਾਂ ਜੀ, ਤੁਸੀਂ ਵੀਰ ਜੀ ਨੂੰ ਹਸਪਤਾਲ ਦਾਖਲ ਕਰਾਓ, ਮੈਨੂੰ ਤਾਂ ਖਤਰੇ ਵਾਲੀ ਗੱਲ ਲੱਗਦੀ ਹੈ। ਮੈਂ ਅੱਜ ਹੀ ਲੈ ਕੇ ਜਾਊਂਗਾ ਬਾਈ ਨੂੰ ਹਸਪਤਾਲ। ਕੁਝ ਨਹੀਂ ਹੋਇਆ ਮੈਨੂੰ ਕੀ ਹੋਇਆ? ਤੁਸੀਂ ਕਿਉਂ ਨਹੀਂ ਮੰਨਦੇ? ਬਾਬਾ ਪੈਸਿਆਂ ਦਾ ਆਪੇ ਹੱਲ ਕਰ ਦੂ। ਕਿਉਂ ਜਿੱਦ ਮਰ ਰੱਖੀ ਆ ਵੀਰ, ਕਿਉਂ ਨਹੀਂ ਸਾਡੀ ਮੰਨਦੇ? ਸਾਨੂੰ ਸਾਰੇ ਟੱਬਰ ਨੂੰ ਜ਼ਹਿਰ ਦੇ ਦੇ, ਜੇ ਤਾਂ ਹਸਪੀਟਲ ਨਹੀਂ ਜਾਣਾ। ਸਾਡੇ ਤੁਹਾਡੀ ਹਾਲ ਦੇਖੀ ਨਹੀਂ ਜਾਂਦੀ, ਪਹਿਲਾਂ ਸਾਨੂੰ ਜ਼ਹਿਰ ਦੇ ਦਿਓ। ਵੀਰ ਜੀ, ਤੁਸੀਂ ਸਾਡੇ ਸਾਰਿਆਂ ਨਾਲੋਂ ਵੱਡੇ ਸਿਆਣੇ ਹੋ, 15 ਦਿਨ ਹੋ ਗਏ ਤੁਹਾਨੂੰ ਬੁਖਾਰ ਚੜ੍ਹਦੇ ਨੂੰ। ਲੈ ਕੇ ਜੀ, ਤੁਸੀਂ ਵੀਰ ਜੀ ਨੂੰ ਅੱਜ ਹੀ ਹਸਪਤਾਲ ਦਾਖਲ ਕਰਵਾਓ। ਹਾਂ ਵੀਰ, ਮੈਨੂੰ ਕੁਝ ਨਹੀਂ ਹੋਇਆ, ਮੈਂ ਆਪੇ ਠੀਕ ਹੋ ਜਾਊਗਾ। ਵੀਰ ਤੂੰ ਕਿਉਂ ਨਹੀਂ ਮੰਨਦਾ? ਤੈਨੂੰ ਬਾਬਾ ਬਾਲਕ ਨਾਥ ਜੀ ਦਾ ਵਾਸਤਾ, ਤੂੰ ਅੱਜ ਹੀ ਹਸਪੀਟਲ ਚੱਲ। ਡਾਕਟਰ ਸਾਹਿਬ, ਕੀ ਆ ਗਈ ਰਿਪੋਰਟ? ਵੀਰ ਦਾ ਕੋਈ ਫਰਕ ਨਹੀਂ ਪੈ ਰਿਹਾ ਦਵਾਈਆਂ ਨਾਲ। ਤੁਸੀਂ ਕੰਮ ਕੀ ਕਰਦੇ ਹੋ? ਵਕਤ ਦੀ ਮਾਰ ਚੱਲ ਰਿਹਾ ਜੀ, ਮੈਂ ਅਪਾਹਜਾਂ ਤੇ ਵੀਰ ਜੀ ਰਿਕਸ਼ਾ ਚਲਾਉਂਦੇ ਨੇ। ਤੁਸੀਂ ਉਹਨਾਂ ਦੇ ਕੀ ਲੱਗਦੇ ਹੋ, ਭਰਾ ਹੋ? ਹਾਂਜੀ, ਮੈਂ ਉਹਨਾਂ ਦਾ ਛੋਟਾ ਭਰਾ। ਡਾਕਟਰ ਸਾਹਿਬ, ਵੀਰ ਜੀ ਠੀਕ ਹੋ ਜਾਣਗੇ? ਤੁਸੀਂ ਕਿਉਂ ਨਹੀਂ ਬੋਲਦੇ ਡਾਕਟਰ ਸਾਹਿਬ, ਕੀ ਗੱਲ ਹੋ ਗਈ? ਤੁਹਾਡੇ ਭਰਾ ਨੂੰ ਬਲੱਡ ਕੈਂਸਰ ਹੈ। ਤੁਸੀਂ ਹਿੰਮਤ ਨਾ ਹਾਰੋ, ਆਪਣੇ ਆਪ ਨੂੰ ਸੰਭਾਲੋ। ਡਾਕਟਰ ਸਾਹਿਬ, ਬੰਦਾ ਨਹੀਂ ਹਾਰਦਾ, ਮੁਕੱਦਮਾ ਬਿਮਾਰੀ ਇਹ ਬੰਦੇ ਨੂੰ ਹਰਾ ਦਿੰਦੇ ਨੇ। ਡਾਕਟਰ ਸਾਹਿਬ, ਵੀਰ ਜੀ ਦਾ ਇਲਾਜ ਹੋ ਸਕਦਾ? ਹਾਂ ਹਾਂ, ਸਾਰਾ ਬਲੱਡ ਚੇਂਜ ਕਰਨਾ ਪਏਗਾ, ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੈ। ਕਿੰਨੇ ਕੁ ਪੈਸਾ ਲੱਗ ਜਾਏਗਾ ਡਾਕਟਰ ਸਾਹਿਬ? ਤੁਹਾਡੇ ਬਸ ਦੀ ਗੱਲ ਨਹੀਂ, ਘੱਟੋ ਘੱਟ 5 ਲੱਖ। ਪਰ ਸਾਡੇ ਕੋਲ ਤਾਂ ਵੇਚਣ ਲਈ ਕੁਝ ਵੀ ਨਹੀਂ। ਡਾਕਟਰ ਸਾਹਿਬ, ਤੁਸੀਂ ਇਲਾਜ ਜਾਰੀ ਰੱਖੋ, ਉਹ ਬਾਬਾ ਸਭ ਭਲੀ ਕਰੇਗਾ। ਤੁਹਾਨੂੰ ਨਹੀਂ ਪਤਾ 5 ਲੱਖ ਬਹੁਤ ਵੱਡੀ ਰਕਮ ਹੁੰਦੀ ਹੈ। ਡਾਕਟਰ ਸਾਹਿਬ, ਇਹਨਾਂ ਹੱਥਾਂ ਨੇ ਕਰੋੜਾਂ ਕਮਾਏ ਨੇ, ਅਸੀਂ ਬਹੁਤ ਵੱਡੇ ਬਿਜ਼ਨਸਮੈਨ ਸੀ, ਸਾਡੀਆਂ ਮਿੱਲਾਂ ਸੀ। ਅੱਛਾ ਅੱਛਾ, ਉਹ ਮਿੱਲਾਂ ਜਿਨ੍ਹਾਂ ਨੂੰ ਅੱਗ ਲੱਗੀ ਸੀ ਉਹ ਤੁਹਾਡੀਆਂ ਸਨ? ਹਾਂ ਡਾਕਟਰ ਸਾਹਿਬ, ਇੱਕ ਦਿਨ ਵਿੱਚ ਸਭ ਕੁਝ ਸੜ ਕੇ ਸੁਆਹ ਹੋ ਗਿਆ, ਜੋ ਛੱਤ ਸੀ ਉਹ ਵੀ ਨਿਲਾਮ ਹੋ ਗਈ। ਬਸ ਆਸ ਦੇ ਸਹਾਰੇ ਤੁਰੇ ਫਿਰਦਿਆਂ, ਪਰ ਉਹ ਚਿਮਟੇ ਵਾਲਾ ਸਾਡੀ ਜ਼ਰੂਰ ਮਦਦ ਕਰੂਗਾ। ਇੰਨਾ ਸਾਡਾ ਭੁੰਨ ਕੇ ਤਾਂ ਨਹੀਂ ਵਿਜਿਆ ਹੋਇਆ, ਉਹ ਸਾਡੀ ਜ਼ਰੂਰ ਮਦਦ ਕਰੂਗਾ। ਕੀ ਗੱਲ ਹੋ ਗਈ ਬਾਊ ਜੀ, ਤੁਸੀਂ ਰੋ ਕਿਉਂ ਰਹੇ ਹੋ? ਕੀ ਦੱਸਾਂ ਧੀਏ, ਮੇਰੇ ਦੋਨੇ ਬੇਟੇ ਜ਼ਿੰਦਗੀ ਤੇ ਮੌਤ ਦੀ ਲੜਾਈ ਨਾਲ ਜੂਝ ਰਹੇ ਨੇ। ਮੇਰੇ ਕੋਲ ਬਹੁਤ ਦੌਲਤ ਹੈ ਪਰ ਕਿਸੇ ਕੰਮ ਨਹੀਂ ਆ ਰਹੀ। ਪੈਸਾ ਪਾਣੀ ਵਾਂਗ ਵਹਾਤਾ ਪਰ ਕਿਤੇ ਉਹਨਾਂ ਦਾ ਇਲਾਜ ਨਹੀਂ ਹੋਇਆ। ਅਸੀਂ ਵੀ ਇਸੇ ਬਿਪਤਾ ਦੇ ਮਾਰੇ ਹੋਏ ਹਾਂ ਸੇਠ ਜੀ, ਤੁਹਾਡੇ ਕੋਲ ਪੈਸਾ ਪਰ ਇਲਾਜ ਨਹੀਂ। ਸਾਡੇ ਕੋਲ ਇਲਾਜ ਆ ਪਰ ਪੈਸਾ ਨਹੀਂ। ਕੀ ਬਿਮਾਰੀ ਆ ਤੁਹਾਡੇ ਬੇਟਿਆਂ ਨੂੰ? ਦੋਨਾਂ ਦੀਆਂ ਕਿਡਨੀਆਂ ਫੇਲ ਨੇ, ਕੀ ਕਰੂਗਾ ਬੰਦਾ ਦੌਲਤਾਂ ਨੂੰ? ਜਦੋਂ ਘਰ ਦੇ ਚਿਰਾਗ ਹੀ ਬੁੱਝ ਗਏ। ਕੱਲ ਇੱਕ ਗਰੀਬ ਘਰ ਦਾ ਮੁੰਡਾ ਮੰਨ ਗਿਆ ਸੀ ਕਿਡਨੀ ਦੇਣ ਨੂੰ, 1 ਲੱਖ ਰੁਪਇਆ ਮੰਗਦਾ ਸੀ ਤੇ ਮੈਂ 2 ਦੇਣ ਨੂੰ ਤਿਆਰ ਸੀ, ਮੁੱਕਰ ਗਿਆ। ਤੁਸੀਂ ਧੀਰਜ ਰੱਖੋ ਸੇਠ ਸਾਹਿਬ, ਹੌਸਲਾ ਨਾ ਹਾਰੋ, ਤੁਹਾਡੇ ਇੱਕ ਪੁੱਤਰ ਨੂੰ ਮੈਂ ਬਚਾ ਸਕਦਾ ਆਪਣੀ ਇੱਕ ਕਿਡਨੀ ਦੇ ਕੇ।
ਤੁਹਾਡੇ ਦੂਜੇ ਪੁੱਤਰ ਨੂੰ ਮੈਂ ਬਚਾਵਾਂਗੀ। ਮੇਰੇ ਪੁੱਤਰ ਨੂੰ ਬਚਾ ਲਓ, ਮੇਰੇ ਪੁੱਤਰ ਨੂੰ ਬਚਾ ਲਓ। ਸਾਨੂੰ ਪੈਸੇ ਦੀ ਜ਼ਰੂਰਤ ਆ ਸੇਠ ਸਾਹਿਬ, ਮੇਰੇ ਭਰਾ ਨੂੰ ਬਲੱਡ ਕੈਂਸਰ ਆ, ਅਸੀਂ ਬਹੁਤ ਗਰੀਬ ਹਾਂ, ਸਾਨੂੰ 5 ਲੱਖ ਰੁਪਇਆ ਚਾਹੀਦਾ ਸੇਠ ਸਾਹਿਬ। ਮੈਂ ਤੁਹਾਨੂੰ 5 ਨਹੀਂ, ਮੈਂ ਤੁਹਾਨੂੰ 7 ਲੱਖ ਦੇਊਂਗਾ। ਤੁਸੀਂ ਤਾਂ ਮੇਰੇ ਲਈ ਰੱਬ ਬਣ ਕੇ ਬੌੜੇ ਹੋ, ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਵੇ। ਬਾਊ ਜੀ, ਤੁਸੀਂ ਸਾਡੇ ਭਰਾ ਨੂੰ ਬਚਾ ਸਕਦੇ ਹੋ, ਸਾਡੇ ਭਰਾ ਨੂੰ ਬਚਾ ਲਓ। ਮੈਂ ਬਚਾਵਾਂਗਾ, ਮੈਂ ਹੁਣੇ ਪੈਸੇ ਲੈ ਕੇ ਆਇਆ। ਜੈ ਜੈ ਬਾਬਾ ਬਾਲਕ ਨਾਥ। ਬਾਬਾ, ਮੇਰੀ ਭੈਣ ਦੇ ਸੁਹਾਗ ਨੂੰ ਬਚਾ ਲੈ, ਭਾਵੇਂ ਸਾਡੇ ਦੋਨਾਂ ਦੀਆਂ ਜਾਨਾਂ ਲੈ ਲੈ, ਪਰ ਸਾਡੇ ਵੀਰ ਜੀ ਨੂੰ ਰਾਜੀ ਕਰ ਦੇ, ਉਹਨਾਂ ਦਾ ਆਪਰੇਸ਼ਨ ਠੀਕ ਠਾਕ ਹੋ ਜਾਏ। ਹੁਣ ਮੇਰੇ ਵੀਰ ਜੀ ਬਿਲਕੁਲ ਠੀਕ ਹੋ ਜਾਣਗੇ ਕਿਰਨ, ਉਹਨਾਂ ਦਾ ਇਲਾਜ ਹੋ ਜਾਵੇਗਾ, ਉਹਨਾਂ ਦਾ ਇਲਾਜ ਹੋ ਜਾਵੇਗਾ ਕਿਰਨ। ਮੇਰੇ ਵੀਰ ਜੀ ਠੀਕ ਹੋ ਜਾਣਗੇ, ਮੇਰੇ ਵੀਰ ਜੀ ਠੀਕ ਹੋ ਜਾਣਗੇ ਕਿਰਨ, ਮੇਰੇ ਵੀਰ ਜੀ ਠੀਕ ਹੋ ਜਾਣਗੇ। ਵੀਰ ਜੀ ਪੈਸੇ ਦਾ ਬੰਦੋਬਸਤ ਹੋ ਗਿਆ, ਬਸ ਕੁਛ ਦਿਨਾਂ ਦੀ ਗੱਲ ਆ, ਤੁਸੀਂ ਬਿਲਕੁਲ ਠੀਕ ਠਾਕ ਹੋ ਜਾਓਗੇ। ਕੀ ਗੱਲ ਹੋ ਗਈ ਵੀਰ ਜੀ? ਕਿਡਨੀਆਂ ਵੇਚੋਗੇ ਤੁਸੀਂ? ਕਿਡਨੀਆਂ ਵੇਚੋਗੇ ਤੁਸੀਂ? ਕੁਰਬਾਨੀ ਦੇਣ ਦਾ ਹੱਕ ਸਿਰਫ ਵੱਡਿਆਂ ਨੂੰ ਹੁੰਦਾ, ਵੱਡਿਆਂ ਨੂੰ ਹੁੰਦਾ, ਪਰ ਸਾਡਾ ਵੀ ਕੋਈ ਫਰਜ਼ ਬਣਦਾ ਵੀਰ ਜੀ। ਸਾਡੇ ਸਾਹ ਹੀ ਤੁਹਾਡੇ ਸਾਹ ਨਾਲ ਚੱਲਦੇ ਨੇ, ਜੇ ਤੁਹਾਨੂੰ ਕੁਝ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਵੀਰ ਜੀ? ਅਗਰ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦਾ ਨਹੀਂ ਰਵਾਂਗਾ। ਮਾਂ ਬਾਪ ਨਹੀਂ ਦੇਖੇ, ਉਹਨਾਂ ਦਾ ਪਿਆਰ ਨਹੀਂ ਦੇਖਿਆ, ਪਰ ਜੇ ਹੁੰਦੇ ਵੀ ਤਾਂ ਤੁਹਾਡੇ ਵਰਗੇ ਨਾ ਹੁੰਦੇ ਵੀਰ ਜੀ। ਫਿਰ ਕੌਣ ਮਾਂ ਬਾਪ ਚਾਹੂਗਾ ਕਿ ਉਹਦੀ ਔਲਾਦ ਉਹਦੀ ਖਾਤਰ ਕਿਜਣੀਆਂ ਵੇਚੇ? ਅਸੀਂ ਵੀ ਤੁਹਾਨੂੰ ਪਲ ਪਲ ਮਰਦਾ ਨਹੀਂ ਵੇਖ ਸਕਦੇ ਵੀਰ ਜੀ। ਕੁਲਦੀਪ, ਇਹ ਦੋਵੇਂ ਬੜੇ ਸਿਆਣੇ ਹੋ ਗਏ ਨੇ ਕੁਲਦੀਪ, ਇਹ ਦੋਨੇ ਮੈਨੂੰ ਬਚਾਉਣ ਦੀ ਖਾਤਰ ਆਪਣੀਆਂ ਕਿਡਨੀਆਂ ਵੇਚਣੀਆਂ ਚਾਹੁੰਦੇ ਨੇ। ਕੁਲਦੀਪ, ਕਿਡਨੀਆਂ ਵੇਚ ਰਹੇ ਨੇ। ਤੁਸੀਂ ਹੋਸ਼ ਵਿੱਚ ਤਾਂ ਹੋ ਕਮਲਿਆ? ਮੈਂ ਤੈਨੂੰ ਇਸੇ ਦਿਨ ਕਰਕੇ ਜਵਾਨ ਕੀਤਾ ਸੀ, ਮੈਂ ਤੁਹਾਡੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ। ਤੂੰ ਮੇਰਾ ਪੁੱਤ ਹੈ ਦੀਪ, ਫਿਰ ਜੇ ਮੇਰੀ ਮਾਂ ਮੈਨੂੰ ਮਨਾ ਨਾ ਕਰੀ, ਵੀਰ ਤੋਂ ਪਹਿਲਾਂ ਮੈਂ ਮਰਨਾ ਚਾਹੁੰਦਾ। ਕੀ ਤੁਹਾਡਾ ਵਿਸ਼ਵਾਸ ਉੱਠ ਗਿਆ ਬਾਬੇ ਤੋਂ? ਦੱਸੋ ਮੈਨੂੰ। ਨਹੀਂ ਵੀਰ ਜੀ, ਨਹੀਂ, ਸਾਡਾ ਉਸ ਬਾਬੇ ਤੇ ਪੂਰਾ ਵਿਸ਼ਵਾਸ ਹੈ। ਫਿਰ ਤੁਸੀਂ ਸਾਰੇ ਇਹੋ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ? ਉਹਨਾਂ ਆਵਾਜ਼ਾਂ ਤਾਂ ਕਣ ਕਣ ਵਿੱਚ ਆ। ਮੈਨੂੰ ਕਰਨਾ, ਚਲੋ ਮੈਂ ਤੁਹਾਡੇ ਸਾਰਾ ਚ ਰਹਿਣਾ ਚਾਹੁੰਦਾ, ਮੈਨੂੰ ਕਰ ਲੈ ਚਲੋ, ਰੱਬ ਦਾ ਵਾਸਤਾ ਹੈ ਮੈਨੂੰ ਕਰ ਲੈ ਚਲੋ। ਦੀਪ, ਤੇਰੇ ਵੀਰ ਨੂੰ ਬਹੁਤ ਤੇਜ਼ ਬੁਖਾਰ ਹੈ, ਦੇਖ ਕਿੰਨੀ ਠੰਡ ਲੱਗ ਰਹੀ ਹੈ, ਜਾ ਕਿਰਨ ਜਾ ਕੇ ਅੱਗ ਲੈ ਕੇ ਆ। ਨਹੀਂ ਕਿਰਨ, ਅੱਗ ਦੀ ਕੋਈ ਜ਼ਰੂਰਤ ਨਹੀਂ। ਕੁਲਦੀਪ, ਮੈਂ ਇਹਨਾਂ ਨੂੰ ਬੜਾ ਪਿਆਰ ਕੀਤਾ, ਇਹਨਾਂ ਦਾ ਰਤਾ ਵੀ ਬਸਾ ਨਹੀਂ ਖਾਧਾ, ਜਿਹੜੀ ਵੀ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਹੁੰਦੀ ਇਹਨਾਂ ਦੀ ਉਹ ਜ਼ਰੂਰਤ ਪੂਰੀ ਕੀਤੀ, ਇਹਨਾਂ ਦਾ ਖਿਆਲ ਰੱਖੀ ਕੁਲਦੀਪ, ਇਹਨਾਂ ਦਾ ਖਿਆਲ ਰੱਖੀ। ਕਿਉਂ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਉੱਠੋ, ਉੱਠ ਕੇ ਦਵਾਈ ਲਓ। ਇਹ ਕਿਹੋ ਜਿਹੀ ਬਿਮਾਰੀ ਹੈ ਜਿੱਤੇ ਕੋਈ ਦਵਾ ਵੀ ਅਮ ਨਹੀਂ ਕਰਦੀ,
ਤੁਸੀਂ ਹੌਸਲਾ ਰੱਖੋ ਵੀਰ ਜੀ, ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਹੈ। ਕਿਰਨ, ਆਪਾਂ ਸਾਰੇ ਦੁਆ ਕਰੋ ਕਿ ਹਰ ਜਨਮ ਦੇ ਵਿੱਚ ਇਸ ਰਿਸ਼ਤਿਆਂ ਵਿੱਚ ਆਈਏ। ਮੈਂ ਵੀ ਰੱਬ ਤੋਂ ਹੋਰ ਕੁਝ ਨਹੀਂ ਮੰਗਦਾ, ਬਸ ਹਰ ਜਨਮ ਵਿੱਚ ਤੁਹਾਡਾ ਭਰਾ ਹੋਵਾਂ। ਦੀਪ, ਅੱਜ ਮੈਂ ਤੇਰੇ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਿਰ ਧਰ ਕੇ ਜਾ ਰਿਹਾ। ਮੈਨੂੰ ਯਕੀਨ ਹੈ ਦੀਪ, ਤੂੰ ਇਹਨਾਂ ਜ਼ਿੰਮੇਵਾਰੀਆਂ ਨੂੰ ਜ਼ਰੂਰ ਨਿਭਾਵੇਂਗਾ। ਤੈਨੂੰ ਕੁਝ ਨਹੀਂ ਹੋਊਗਾ ਵੀਰ, ਤੈਨੂੰ ਕੁਝ ਨਹੀਂ ਹੋਊਗਾ ਮੇਰੇ ਵੀਰ, ਤੈਨੂੰ ਕੁਝ ਨਹੀਂ ਹੋਊਗਾ। ਦੀਪ, ਮੈਨੂੰ ਲੱਗਦਾ ਇਹਨਾਂ ਨੂੰ ਕੰਬਾ ਜ਼ਿਆਦਾ ਚੜ ਗਿਆ। ਤੁਸੀਂ ਆ ਲਓ, ਅੱਛਾ ਲੈ ਲਓ ਦੀਪ, ਆ ਠੀਕ ਕਰ ਦੇ। ਤੈਨੂੰ ਕੁਝ ਨਹੀਂ ਹੋਊਗਾ ਵੀਰੇ, ਤੈਨੂੰ ਕੁਝ ਨਹੀਂ ਹੋਊਗਾ। ਜੈ ਬਾਬੇ ਜੀ। ਭਗਤੋ, ਇਸ ਜੰਗਲ ਦੇ ਨੇੜੇ ਮੇਰੀ ਕੁਟੀਆ ਤੇ ਮੇਰੀ ਕੁਟੀਆ ਵਿੱਚ ਦੋ ਰਾਹਗੀਰ ਰੁਕੇ ਨੇ, ਜਿਨ੍ਹਾਂ ਦੇ ਨਾਲ ਉਹਨਾਂ ਦਾ ਨਿੱਕਾ ਜਿਹਾ ਬੱਚਾ ਵੀ ਆ। ਇਸ ਕੜਾਕੇ ਦੀ ਠੰਡ ਦੇ ਵਿੱਚ ਉਹ ਕੰਬ ਰਿਹਾ। ਜੇ ਤੁਹਾਡੇ ਕੋਲ ਕੋਈ ਕੰਬਲੀ ਖੇਸ ਹੋਵੇ ਤਾਂ ਇਸ ਰਿਸ਼ੀ ਨੂੰ ਦਿੱਤੀ ਜਾਵੇ। ਬਾਬਾ ਜੀ, ਮੇਰੇ ਭਰਾ ਨੂੰ ਬਹੁਤ ਜ਼ਿਆਦਾ ਬੁਖਾਰ ਚੜਿਆ ਹੋਇਆ ਬਾਬਾ ਜੀ, ਤੇ ਉਹਨੂੰ ਬਹੁਤ ਜ਼ਿਆਦਾ ਠੰਡ ਵੀ ਲੱਗ ਰਹੀ ਹੈ ਬਾਬਾ ਜੀ। ਪਰ ਭਗਤੋ, ਜੇ ਉਸ ਬੱਚੇ ਨੂੰ ਕੰਬਲੀ ਖੇਸ ਨਾ ਮਿਲਿਆ ਤਾਂ ਉਹ ਜ਼ਰੂਰ ਮਰ ਜਾਏਗਾ। ਲੱਗਦਾ ਹੈ ਬਾਬਾ ਬਾਲਕ ਨਾਥ ਦੇ ਭਗਤਾਂ ਦੇ ਘਰੋਂ ਇਸ ਰਿਸ਼ੀ ਨੂੰ ਖਾਲੀ ਹੱਥ ਮੁੜਨਾ ਪਏਗਾ। ਬਾਬਾ ਜੀ, ਓ ਬਾਬਾ ਜੀ, ਹਲੋ ਬਾਬਾ ਜੀ। ਪਰ ਭਗਤੋ, ਮੈਨੂੰ ਕੱਲਾ ਇਹ ਨਹੀਂ, ਇਹ ਸਾਰੇ ਕੱਪੜੇ ਚਾਹੀਦੇ ਨੇ। ਬਾਬਾ ਜੀ, ਤੁਸੀਂ ਇਹ ਸਾਰੇ ਕੱਪੜੇ ਲੈ ਜਾਓ, ਬਸ ਉਸ ਪੌਣਾ ਹਾਰੀ ਅੱਗੇ ਅਰਦਾਸ ਕਰਿਓ ਕਿ ਮੇਰੇ ਸੁਹਾਗ ਨੂੰ ਕੁਛ ਨਾ ਹੋਏ। ਜੈ ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ। ਇਸ ਕੜਾਕੇ ਦੀ ਠੰਡ ਵਿੱਚ ਸਵੇਰ ਤੱਕ ਉਹਨਾਂ ਦਾ ਵਿਸ਼ਵਾਸ ਅਵਸ਼ ਟੁੱਟੇਗਾ। ਜੈ ਬਾਬਾ ਬਾਲਕ ਨਾਥ। ਸਵੇਰ ਹੋ ਗਈ ਹੈ, ਇੰਜ ਲੱਗਦਾ ਸੀ ਇਸ ਰਾਤ ਦੀ ਕਦੇ ਸਵੇਰ ਨਹੀਂ ਹੋਵੇਗੀ। ਅਸੀਂ ਹੋਰ ਦੁੱਖ ਨਹੀਂ ਸਹਿ ਸਕਦੇ, ਤੁਸਾਂ ਤੋਂ ਕਿਉਂ ਮੁੱਖ ਮੋੜ ਲਿਆ? ਕਦੇ ਮਾਪੇ ਵੀ ਆਪਣੇ ਬੱਚੇ ਤੋਂ ਮੁੱਖ ਮੋੜਦੇ ਹੁੰਦੇ ਆ। ਹੇ ਬਾਬਾ ਬਾਲਕ ਨਾਥ, ਜੇ ਸਾਡੇ ਗਰੀਬਾਂ ਤੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰੀ, ਸਾਨੂੰ ਮਾਫ ਕਰੀ ਬਾਬਾ। ਕਿਰਪਾ ਕਰੋ ਸਾਡੇ ਤੇ, ਕਿਰਪਾ ਕਰੋ ਸਾਡੇ ਤੇ। ਸਾਤੋਂ ਮਨਮੁੱਖਾਂ ਤੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਬਾਬਾ ਜੀ, ਸਾਨੂੰ ਮਾਫ ਕਰਨਾ। ਕੁਲਦੀਪ, ਮੇਰੀ ਸਾਰੇ ਟੱਬਰ ਨੂੰ ਹੱਥ ਬੰਨ ਕੇ ਇੱਕ ਗੁਜ਼ਾਰਿਸ਼ ਹੈ, ਲੱਖਾਂ ਮੁਸੀਬਤਾਂ ਆਉਣ, ਲੱਖਾਂ ਹਨੇਰੀਆਂ ਝੱਖੜ ਆਉਣ, ਜਿੰਨਾ ਮਰਜ਼ੀ ਦੁੱਖ ਹੋਵੇ, ਪਰ ਤੁਸੀਂ ਕਦੇ ਬਾਬਾ ਜੀ ਨੂੰ ਨਾ ਭੁੱਲਣਾ। ਪੀੜ੍ਹੀਆਂ ਤੋਂ ਇਹ ਰੀਤ ਚੱਲੀ ਆ ਰਹੀ ਹੈ ਸਾਡੇ ਪਰਿਵਾਰ ਦੀ, ਹਰ ਇੱਕ ਸਾਲ ਉਹਦੇ ਚਾਲੇ ਤੇ ਜਾਣਾ। ਤੁਸੀਂ ਸਾਰੇ
ਬਾਬਾ ਜੀ ਦੇ ਚਾਲੇ ਤੇ ਜ਼ਰੂਰ ਜਾਇਓ। ਉਹਦੀ ਮਹਿਮਾ ਬੜੀ ਅਪਰੰਪਾਰ ਹੈ, ਉਹਦੀ ਮਹਿਮਾ ਬੜੀ ਅਪਰੰਪਾਰ ਹੈ। ਤੁਸੀਂ ਆ ਕਿਉਂ ਕਹਿੰਦੇ ਵੀਰ ਜੀ? ਆਪਾਂ ਸਾਰੇ ਚੱਲਾਂਗੇ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਸਾਰਾ ਪਰਿਵਾਰ ਚੱਲਾਂਗੇ ਬਾਬਾ ਜੀ ਦੇ ਦਰਸ਼ਨਾਂ ਵਾਸਤੇ। ਤੁਸੀਂ ਛੇਤੀ ਠੀਕ ਹੋ ਜਾਓਗੇ। ਆਪਣੇ ਪਰਿਵਾਰ ਦੇ ਵਿੱਚੋਂ ਬੇਬੀ ਨਹੀਂ ਆਈ, ਉਹ ਬਹੁਤ ਬਿਮਾਰ ਹੈ ਵੀਰ ਜੀ, ਉਹਨੂੰ ਕੁਝ ਨਹੀਂ ਹੋਵੇਗਾ। ਮੈਨੂੰ ਬਾਬੇ ਤੇ ਪੂਰਾ ਵਿਸ਼ਵਾਸ ਹੈ ਉਹ ਠੀਕ ਹੋ ਜਾਵੇਗੀ। ਕੁਲਦੀਪ, ਅੱਜ ਕੀ ਵਾਰ ਹੈ? ਅੱਜ ਐਤਵਾਰ ਹੈ ਜੀ। ਐਤਵਾਰ ਹੈ, ਅੱਜ ਤਾਂ ਬਾਬਾ ਜੀ ਦੀ ਜੋਤ ਦਾ ਦਿਨ ਹੈ। ਤੁਸੀਂ ਬਾਬਾ ਜੀ ਦੀਆਂ ਜੋਤਾਂ ਲਾਓ। ਪਤਾ ਨਹੀਂ ਇਹ ਸਰੀਰ ਦਾ ਕੜੀ ਪਲ ਦਾ ਮਹਿਮਾਨ ਹੈ। ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਜੀ? ਤੁਹਾਨੂੰ ਕੁਛ ਨਹੀਂ ਹੋਏਗਾ। ਜਾਓ, ਬਾਬਾ ਜੀ ਦੀ ਜੋਤ ਲੈ ਕੇ ਆਓ। ਚੱਲ ਕਿਰਨ, ਬਾਬਾ ਜੀ ਦੀਆਂ ਜੋਤਾਂ ਜਲਾਈਏ। ਆ ਜਾ ਕਿਰਨ। ਜਾਓ ਸਾਰੇ ਬਾਬਾ ਜੀ ਦੀ। ਜੈ ਬਾਬਾ ਬਾਲਕ ਨਾਥ, ਜੈ ਬਾਬਾ ਬਾਲਕ ਨਾਥ। ਲੱਗਦਾ ਇਸ ਬਾਲਕ ਨੂੰ ਸੱਪ ਨੇ ਡੱਸ ਲਿਆ, ਪਰ ਰੋਵੋ ਨਾ ਭਗਤੋ, ਮੈਂ ਇਸ ਬਾਲਕ ਦੀ ਜਾਨ ਬਚਾ ਸਕਦਾ। ਬਾਬਾ ਜੀ ਮੇਰਾ ਸੁਆਗ ਬਚਾ ਲਓ, ਭਾਵੇਂ ਮੇਰੀ ਜਾਨ ਲੈ ਲਓ। ਬਾਬਾ ਜੀ ਮੈਂ ਇਸ ਦੀ ਜਾਨ ਜ਼ਰੂਰ ਬਚਾ ਲਵਾਂਗਾ ਕੰਨਿਆ, ਪਰ ਇੱਕ ਸ਼ਰਤ ਤੇ। ਸਾਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਨੇ, ਮੇਰੇ ਭਰਾ ਨੂੰ ਬਚਾ ਲਓ ਬਾਬਾ ਜੀ। ਫੇਰ ਬਾਲਕ, ਤੁਹਾਨੂੰ ਇਸ ਬਾਲਕ ਦੀ ਜਾਨ ਦੇ ਬਦਲੇ ਬਾਬਾ ਬਾਲਕ ਨਾਥ ਨੂੰ ਮਨੋਂ ਹਟਣਾ ਪਏਗਾ। ਬਾਬਾ ਤੂੰ ਇੱਕ ਸੁਹਾਗ ਦੀ ਗੱਲ ਕਰਦਾ, ਮੈਂ 10 ਸੁਹਾਗ ਮਾਰ ਦਿਆਂਗੀ, ਪਰ ਬਾਬਾ ਬਾਲਕ ਨਾਥ ਨੂੰ ਮਨੋਂ ਨਹੀਂ ਹਟਾਂਗੀ।
ਇਸ ਕੰਨਿਆਂ ਨੂੰ ਤਾਂ ਕਈ ਸੁਹਾਗ ਮਿਲ ਜਾਣਗੇ, ਪਰ ਤੇਰਾ ਤਾਂ ਅੰਮਾ ਜਾਇਆ ਭਰਾ ਹੈ। ਸੋਚ ਲੈ ਬਾਲਕ, ਸੋਚ ਲੈ। ਬਾਬਾ ਬਾਲਕ ਨਾਥ ਨੂੰ ਮੰਨੋ, ਹਟ ਜਾ, ਮੈਂ ਇਸ ਦੀ ਜਾਨ ਬਚਾ ਲਵਾਂਗਾ। ਤੂੰ ਇੱਕ ਭਰਾ ਦੀ ਗੱਲ ਕਰਨਾ, ਮੈਂ ਆਪਣਾ ਸਾਰਾ ਟੱਬਰ ਤੇ ਆਪਣਾ ਆਪ ਵਾਰ ਦਿਆਂਗਾ, ਪਰ ਬਾਬਾ ਬਾਲਕ ਨਾਥ ਜੀ ਨੂੰ ਮੰਨਣੋਂ ਨਹੀਂ ਹਟਾਂਗੇ। ਲੱਗਦਾ ਹੈ ਤੁਹਾਨੂੰ ਮਰਨ ਵਾਲੇ ਨਾਲ ਬਿਲਕੁਲ ਵੀ ਪਿਆਰ ਨਹੀਂ। ਤੂੰ ਸੋਚ ਲੈ ਬਾਲਕ, ਮੈਂ ਤੇਰੇ ਬਾਪ ਦੀ ਜਾਨ ਬਚਾ ਲਵਾਂਗਾ। ਬਾਬੇ ਬਾਲਕ ਨਾਥ ਨੂੰ ਮੰਨੋ, ਹਟ ਜਾ। ਨਹੀਂ, ਅਸੀਂ ਬਾਬਾ ਬਾਲਕ ਨਾਥ ਨੂੰ ਮੰਨਣੋਂ ਨਹੀਂ ਹਟ ਸਕਦੇ। ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ। ਬਾਲਕ ਨਾਥ ਨਹੀਂ ਆਣਗੇ, ਬਾਬਾ ਬਾਲਕ ਨਾਥ ਨਹੀਂ ਆਣਗੇ। ਬਾਬਾ ਬਾਲਕ ਨਾਥ ਜੀ ਆਉਣਗੇ, ਸਾਨੂੰ ਸਾਰਿਆਂ ਨੂੰ ਉਹਨਾਂ ਤੇ ਵਿਸ਼ਵਾਸ ਹੈ, ਉਹ ਸਾਡੀ ਲਾਜ ਰੱਖਣ ਜ਼ਰੂਰ ਆਉਣਗੇ। ਨਹੀਂ ਆਣਗੇ ਬਾਬਾ ਬਾਲਕ ਨਾਥ ਤੁਹਾਡੀ ਮਦਦ ਲਈ, ਕਿਉਂਕਿ ਉਹਨਾਂ ਨੇ ਮੈਨੂੰ ਬਚਨ ਦਿੱਤਾ ਹੈ। ਨਹੀਂ ਰੱਖਣਗੇ ਤੁਹਾਡੀ ਲਾਜ ਬਾਬਾ ਬਾਲਕ ਨਾਥ, ਨਹੀਂ ਰੱਖਣਗੇ ਲਾਜ ਤੁਹਾਡੀ। Thank you.
उठो, एक बार उठो, मैं नहीं हार सकता, उठो, एक बार कहो कि मैं नहीं हारिया, नहीं हारिया, एक बार कह दो कि मैं नहीं हारिया, एक बार कह दो कि थोड़ा विश्वास बाबा बालक नाथ विच नहीं है, उठो, मैं नहीं हार सकता, मैं नहीं हार सकता, मैं नहीं हार सकता, नहीं ऋषिराज, नहीं ऋषिराज, तू हार गया, तू हार गया, तू भेस बदल बदल के उन्हां दे किन्ने इम्तिहान लए, पर उन्हां दा विश्वास ते श्रद्धा बाबा बालक नाथ विच अटुट सी, जिन्हों तोड़न विच तू सफल नहीं हो सकया, तू वाकई हार गया ऋषिराज, तू हार गया, तू हार गया, तू हार गया, मैं हार गया, मैं हार गया, मैं हार गया, ओए तुसी तन्नो भक्तो, ओए तुहाडी भक्ति तन्न है, ओए लखां कोशिशां दे बाद भी मैं तुहाडा विश्वास ना तोड़ सकिया, ओए ओए मैं हार गया, ओए मैं हार गया, मैं हार गया। जय जय बाबा बालक नाथ, जय बाबा बालक नाथ, जय बाबा बालक नाथ। महाराज मैं आज तुहाडे सच्चे भगता तो हार गया, महाराज मैं हार गया, महाराज ऋषि पग में कपड़े पाके मत्थे ते तिलक लगा के पिंडे ते सुहा मल के काम कार छड़ के कदे भगती नहीं हुंदी, भगती हुंदी है किरत करके, मेहनत करके, बुजुर्गां दी सेवा करके, गरीबां दी मदद करके, एह असल भक्ति हुंदी है। ओम नमः शिवाय, ओम नमः बाबा जी। जय बाबा बालक नाथ, जय बाबा बालक नाथ। बाबा जी सानू कृपा नू दर्शन दिते, असी तन हो गए महाराज, असी तन हो गए महाराज, जय बाबा बालक नाथ, जय बाबा बालक नाथ। मंग भाई तू की मंगदा? बाबा जी सानू कुछ नहीं चाहिदा, बस साडा विश्वास ना टुटे, बाबा जी साडा विश्वास ना टुटे। अखीर जी रखना महाराज, मेरिया भुलां बख्श दियो। जय बाबा बालक नाथ, 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 जय बाबा बालक नाथ। जाओ अपना कारोबार संभालो, तुहाडियां फैक्ट्रियां सही सलामत हन। जय बाबे दी, जय बाबे दी, जय बाबे दी।
जय बाबा बालकनाथ, जय बाबा बालकनाथ, जय बाबा बालकनाथ, जय जय बाबा बालकनाथ। खुशी